ਇਹਦੇ ਕਰਕੇ ਚੜਾਇਆ ਸੀ ਕਰਜ਼ਾ 12-13 ਲੱਖ ਰੁਪਈਆ ਵੀ ਇਹਦੇ ਨਾਲ ਲਾ ਦੇਂਗੇ ਉਹ ਤਾਂ ਐ ਸੀ ਮੇਰੇ ਸੀ ਬਚੂ ਆਪਾਂ ਨੂੰ ਕੋਈ 5-4 ਲੱਖ ਰੁਪਈਆ ਤੇ ਪਰ ਹੁਣ ਐ ਲੱਗਦਾ ਵੀ ਜਿਹੜਾ ਆ ਚੜਾਈ ਬਿਠਿਆ ਵੀ ਵੀ ਸਿਰ ਪੈ ਗਿਆ ਨਾ ਸਾਡੇ ਕੋਲ ਢਾਣੇ ਕੁਝ ਵੀ ਨਹੀਂ ਖਾਣ ਕਰਾਂਗੇ ਕੀ ਅਸੀਂ ਮਲਾ 2.5 ਲੱਖ ਰੁਪਈਆ ਖਰਚਾ ਕਰਤਾ ਮਹਿੰਗੀ ਤੋਂ ਮਹਿੰਗੀ ਸਪਰੇ ਬਈ ਜਿਹੜੀ ਕਹਿੰਦੇ ਉਹੀ ਕਰ ਦਿੰਨੇ ਆ ਉਹ ਕਹਿੰਦੇ ਬੀਜੋ ਨਾਲ ਦੱਸੋ ਕੀ ਕਹਗੀ ਅੱਛਾ ਬੀਜੋ ਹੀ ਨਾ ਕਹਿੰਦੇ ਜੋ ਜੋ ਦੋ ਤਰ੍ਹਾਂ ਦੇ ਬੀਜ ਕਹਿੰਦੇ ਹੱਥ ਖੜੇ ਸਾਡੇ ਤੇ ਮੈਂ ਕਿਹਾ ਮੈਂ ਕਹਿੰਦਾ ਸਾਡੇ ਤਾਂ ਹੱਥ ਖੜੇ ਆ ਜੋਧਪੁਰ ਦੇ ਦੇ ਸੈਨੇ ਵਾਲੇ ਦੇ ਪਿੰਡ ਚ ਪਿਛਲੇ ਸਾਲ ਹੀ ਹੱਥ ਖੜੇ ਕਰਕੇ ਗਏ ਸੀ ਮੈਂ ਕਹਿੰਦਾ ਕਾਹ ਵੇ ਠੇਕੇ ਲਾਵਾਂਗੇ ਜਿਹੜਾ ਆਪਦਾ ਵੇਚ ਕੇ ਖੜਾ ਕਰਾਉਣਾ ਪੂਆ ਜੀ ਨਰਮੇ ਜੱਟਾਂ ਦੇ ਫਸਲ ਹੋਈ ਨਹੀਂ ਫਿਰ ਨਹੀਂ ਫਿਰ ਅਸੀਂ ਕਿੱਥੋਂ ਚੁਕਾਂਗੇ ਨਾ ਸਾਨੂੰ ਹਾਂ ਸਾਨੂੰ ਇੱਥੇ ਮਿਲ ਰਿਹਾ ਹੈ ਅਸੀਂ ਕੀ ਕਰਾਂਗੇ ਕਿ ਕਿੱਥੇ ਜੇ ਕਿੱਧਰ ਜਾਵਾਂਗੇ ਗੁੱਸਾ ਉਹਨਾਂ ਨੂੰ ਵੋਟਾਂ ਦਿਲਾਹਾਂਗੇ ਹੋਰ ਤਾਂ ਸਾਡੇ ਕੋਲ ਹੱਲ ਹੈ ਨਹੀਂ ਜਿਨ੍ਹਾਂ ਨੇ ਮੂੰਗੀ ਬੀਜੇ ਮੂੰਗੀ ਨੂੰ ਪੈ ਗਿਆ ਹੁਣ ਕੀ ਕਰਾਂਗੇ ਗੁਮਾਰਾ ਵੀ ਜਿਉ ਗੁਮਾਰਾ ਮੀਂਹ ਨਾ ਖਰਾਬ ਕਰਤਾ ਤੇ ਮੱਕੀ ਬੀਜੀ ਮੱਕੀ ਉਹ ਚੰਗਾ ਬਾਣ ਪਾਲਦੇ ਚੰਗਾ ਪਾਣੀ ਪਾਲਦੀ ਐ ਕੈਲੋਫੋਨਾਂ ਕਿੱਦੇ ਦਾ ਬਣਾਇਆ ਆਪਣਾ ਸਾਨੂੰ ਪਤਾ ਹੀ ਐ ਸਤਿ ਸ੍ਰੀ ਅਕਾਲ ਆ ਰਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇਵਾਲ ਪਿੰਡ ਗੈਰੀਪਾਗੀ ਦੇ ਵਿੱਚ ਆਈ ਸੀ ਤੁਹਾਨੂੰ ਆਈ ਸੀ ਅਸੀਂ ਤੇ ਤੁਹਾਨੂੰ ਕਿਸਾਨ ਉਹਦੇ ਨਾਲ ਮੁਲਾਕਾਤ ਕਰਵਾਉਣਾ ਹੈ ਜਿਹੜਾ ਕਿਸਾਨ ਬਾਈ ਨਰਮਾ ਪੱਟ ਰਿਹਾ ਜੇਕਰ ਇਸ ਸਮੇਂ ਦੀ ਗੱਲ ਕਰ ਗਏ ਮੌਜੂਦਾ ਸਮੇਂ ਦੀ ਗੱਲ ਕਰ ਗਏ ਤਾਂ ਨਰਮੇ ਨੂੰ ਝੋਗਣ ਦਾ ਸਮਾਂ ਨਾ ਕਿ ਨਰਮੇ ਨੂੰ ਪੱਟਣ ਦਾ ਪਰ ਪੱਟ ਕਿਉਂ ਰਿਹਾ ਕੀ ਕਰਨਾ ਬਈ ਨੂੰ ਪੱਟ ਕਿਉਂ ਰਹੇ ਹੋ ਕਾਣਾ ਹੀ ਸਾਰਾ ਕੁਝ ਬਚਿਆ ਨਹੀਂ ਬਚਿਆ ਖਰਚਾ ਕਿੰਨਾ ਹੋ ਗਿਆ ਖਰਚਾ ਇੱਕ ਡੀਏਪੀ ਬੁਰੀ ਸਿੱਕ ਸੁਪਰ ਦੀ ਹੂੰ ਤੇ ਤਿੰਨ ਪੈਕਟ ਬੀ ਦੇ ਹੂੰ ਤੇ ਹੋਰ ਖਰਚਾ ਬਹੁਤ ਜ਼ਿਆਦਾ ਹੋ ਗਿਆ ਸਾਰਾ 15 ਪਾਕੋਂ ਦੋ ਕਮੰਡਰ ਮਚੂ ਗਿਆ ਹਰ ਕਿਲੋ ਜੀ ਇਹ ਜੋ ਇਹਦੇ ਚੋਂ ਬਾਕੀ ਸਾਰਾ ਖਰਾਬ ਸਾਰਾ ਖਰਾਬ ਹੈ ਬਾਣ ਆਪਦਾ ਕਿ ਭਾਈ ਠੇਕੇ ਠੁਕੇ ਸਾਡੇ ਕੋਲ ਠੇਕੇ ਤੇ ਆ ਜੀ ਕਿੰਨੇ ਨੂੰ ਠੇਕੇ ਤੇ ਆ 44000 ਨੂੰ ਆ ਜੀ ਤੇ ਫਿਰ ਬਚੂਗਾ ਕੀ ਨਹੀਂ ਬਚਦਾ ਕੁਝ ਨਹੀਂ ਬਚਦਾ ਜੀ ਸਰੀਪ ਹੈ ਭਾਈ ਬੜਾ ਭਾਈ ਆਸੂਸ ਲਾਈ ਹੁੰਦੀ ਹੈ ਕਿ ਰੈਤ ਕੀ ਆ ਕਰਾਂਗੇ ਆ ਕਰਾਂਗੇ ਸਹੀ ਲਾਈ ਤੁਸ ਨਹੀਂ ਬਚਦਾ ਦੁਆਰ ਆਰਤੀ ਕੀ ਕਹਿੰਦੇ ਆ ਆਰਤੀ ਕੁਛ ਨਹੀਂ ਕਹਿੰਦੀ ਨਾ ਕੋਈ ਨਰਮਾ ਲੈ ਉਹ ਨਰਮਾ ਹੈ ਨਹੀਂ ਬਗਤ ਲੈ ਗਈ ਹਾਂ ਨਾਲੇ ਕੋਈ ਪੈਸੇ ਦਿੰਦੀ ਹੈ ਪੈਸੇ ਤਾਂ ਦੇਣਗੇ ਜੇ ਆਪਾਂ ਨਰਮਾ ਫਸ ਲੈ ਕੇ ਜਾਵਾਂਗੇ ਹਾਂ ਹੁਣ ਕਹਿੰਦੇ ਨਰਮਾ ਦਾ ਹੈ ਨਹੀਂ ਪੈਸੇ ਕਿੱਥੇ ਗਏ ਸੀ ਹਾਂ ਰੇਹਾਂ ਸਪਰੇ ਹਾਂ ਬਾਈ ਰੇਹਾਂ ਸਪਰੇ ਬਹੁਤ ਪਈ ਹੈ ਡੀਏਪੀ ਦੀ ਬੋਰੀ ਦੋ ਤਿੰਨ ਜੂਰੀਆ ਦੀਆਂ ਸੁਪਰ ਦੀਆਂ ਤੇ ਮੇਰੇ ਕੋਲ 10 ਕਿਲੇ ਬਾਣਾ ਹੈ 60000 ਦੀ ਸਪਰੇ ਕਰਤੀ ਤੁਸੀਂ ਅੱਛਾ ਜੀ 60000 ਦੀ ਸਪਰੇ ਕਰਤੀ 60 ਹਾਂ ਹੁਣ ਤੁਸੀਂ ਦੇਖੋ ਤੇ ਤਾਂ ਫਿਰ ਹੁਣ ਪਟ ਪਟਾਈ ਤੇ ਬਾਈ ਖਰਚਾ ਵਾਚਾ ਦੁੱਗਣਾ ਹੋ ਗਿਆ ਸਹੀ ਆ ਲੈ ਹੁਣ ਫੇ ਕੁਛ ਨਹੀਂ ਬਚਿਆ ਫਿਰ ਕੇ ਦੀ ਚੋਨਾ ਚਾਣਾ ਵੀ ਹੈ ਕਿ ਕੱਲਾ ਨਰਮ ਮੈਂ ਸਗੇ 11 ਕਿੱਲੇ ਵਾਣਾ ਤੇ ਸਾਰਾ ਹੀ ਖਰਾਬ ਆ ਕੁਛ ਬਚਦਾ ਨਹੀਂ ਖਰਾਬ ਆ ਜੀ 11 ਦਾ 11 11 ਦਾ 11 ਤੇ ਫਿਰ ਭਾਈ ਅੱਗੇ ਵੀ ਫਸਲ ਵਿੱਚਨੀ ਆ ਪੈਸਾ ਕਿੱਥੋਂ ਆਊਗਾ ਦੇਖੋ ਕਿੱਥੋਂ ਆਈ ਮੈਂ ਤਾਂ ਪਰਵਾਹ ਤੁਹਾਨੂੰ ਪਤਾ ਹੀ ਉਹ ਆਪ ਜਿਹਦੀ ਮਾਗ ਕਰੋ ਜੀ ਕਹਦੇ ਅਸੀਂ ਰੌਣ ਦੇ ਅੱਗੇ ਗਾਹਾਂ ਦੀ ਫਸਲ ਕਿਵੇਂ ਬੀਜਾਂਗੇ ਫਿਰ ਬੀਜੋਂਗੇ ਕਿਵੇਂਗਾ ਠੀਕ ਆ ਲੈ ਸਰਕਾਰ ਨੂੰ ਚਾਹੀਦਾ ਤਾਂ ਹੁਣ ਜਿਹਦੇ ਨਰਮ ਮਰਿਆ ਗਈ ਉਹਨੂੰ ਮਾਇਆ ਵ ਦੇਣਾ ਹੁਣ ਤੁਸੀਂ ਦੇਖੋ ਮੋਬ ਜੀ ਦੀ ਮੰਗ ਕਰਦੇ ਹਾਂ ਹਾਂਜੀ ਹਾਂਜੀ ਉਹਨੇ ਸਾਰਾ ਹੀ ਪੱਟਣਾ ਬਾਈ ਟੋਟਲੀ ਕੇ ਕੁਛ ਬੁੜਾ ਥੋੜਾ ਬਹੁਤ ਥੋੜਾ ਪੱਟਣਾ ਮਾੜਾ ਮੋਟਾ ਰੱਖ ਲਾਂਗੇ ਇਹਦਾ ਵੀ ਦੀਦਾ ਇਹ ਮਨ ਨਹੀਂ ਸਾਰਾ ਪੱਟਣਾ ਟੋਟਲੀ ਟੋਟਲੀ ਪੱਟਣਾ ਟੋਟਲੀ ਕੀ ਕੀ ਕਹੋਗੇ ਬਾਈ ਜਿਹੜਾ ਹਾਲ ਆ ਬਈ ਹਾਲ ਤਾਂ ਬੁਰਾ ਹੀ ਆ ਹੁਣ ਦੇ ਸੀ ਜਾਂਦਾ ਸੀ ਸਾਰਿਆਂ ਨੂੰ ਸਾਡੇ ਕੋਲੇ 25 ਕਿੱਲੇ ਬਾਹਾਂ ਠੇਕੇ ਦੇ ਅੱਛਾ ਸਾਰਾ ਚੋਂ 10 ਕਿੱਲੇ ਚੋਂ ਨਾ 15 ਕਿੱਲੇ ਨਰਮ ਤੇ 15 ਕਿੱਲੇ ਨਰਮੇ ਚੋਂ ਕਿੰਨਾ ਕ ਬਚ ਗਿਆ ਨਾ ਜੀ ਬਸ ਪੱਟਣ ਨੂੰ ਤਿਆਰ ਆ ਜੀ ਚੁਗੇ ਨਹੀਂ ਅਜੇ ਤੇ ਜਾਵਾਂ ਅੱਛਾ ਇੱਕ ਕਰੀ ਵੀ ਨਹੀਂ ਚੁਗਿਆ ਨਾ ਨਾ ਜੀ ਕੁ ਜਮਾਈ ਕਿੰਨੇ ਕਿੰਨੇ ਦੀ ਰੇਸ ਆਪਣੇ ਲਾਤੀ ਬਾਈ ਲੱਖ ਰੁਪਏ ਸਪਰੇਅ ਕਰਤੀ ਬਾਈ ਹੂੰ ਤੇ ਬਾਕੀ ਖਰਚੇ ਤਾਂ ਮਲਾ ਢਾਈ ਤਿੰਨ ਲੱਖ ਰੁਪਏ ਖਰਚਾ ਕਰਤਾ ਮਹਿੰਗੀ ਤੋਂ ਮਹਿੰਗੀ ਸਪਰੇ ਬਾਈ ਜੜੀ ਕਹਿੰਦੇ ਉਹੀ ਕਰ ਦਿੰਨੇ ਆ ਹੈ ਹੀ ਨਹੀਂ ਕੁਝ ਕੀ ਕਰਗੇ ਫਿਰ ਸੱਲ ਹੁਣ ਗੱਲਾ ਪਟਣੀ ਆ ਪਟਣੀ ਆ ਬਾਈ ਹੈ ਨਹੀਂ ਹੋਰ ਕੁਝ ਤੇ ਫਿਰ ਅਗਲੀ ਫਸਲ ਜਦੋਂ ਪਟੋਂਗੇ ਉਦੋਂ ਵੀ ਖਰਚਾ ਚਾਹੀਦਾ ਅਗਲੀ ਫਸਲ ਬੀਜਣੀਆਂ ਖਰਚਾ ਉਦੋਂ ਵੀ ਚਾਹੀਦਾ ਖਰਚਾ ਬਾਈ ਹੈ ਨਹੀਂ ਕਰਾਂਗੇ ਕੀ ਫਿਰ ਹੁਣ ਬਣ ਕੇ ਕਹਿੰਦੇ ਨਰਮਾ ਲਿਓ ਨਾ ਤੋਂ ਨੰਬਰ ਡੈ ਜਾਣ ਨੂੰ ਹੋਰ ਫੇਰ ਕੋਈ ਹੱਲ ਨਹੀਂ ਜੇ ਹੁਣ ਸਰਕਾਰ ਕੋਈ ਮਾਜਬਾਦੀ ਉਤ ਬੀਜੀ ਜੇਉ ਨਹੀਂ ਬੈਠੇ ਆਂ ਮਰ ਨਹੀਂ ਫੇਰ ਕੀ ਹਾਲੂ ਨਹੀਂ ਹਾਲ ਤਾਂ ਬੁਰਾ ਹੀ ਹੈ ਬਾਈ ਦਿਸੀ ਜਾਂਦਾ ਫਸਾ ਲੈਣ ਨੂੰ ਤਿਆਰ ਆਂ ਉਰ ਦਾ ਕੋਈ ਹੱਲ ਨਹੀਂ ਹੋਣਾ ਸਾਰੇ ਪੱਟ ਰੇ ਆ ਥੋਡੇ ਜਿੰਨਾ ਸਾਰੇ ਬਾਈ ਸਾਰੇ ਪੱਟ ਜਾਂਦੇ ਬੁਰਾ ਹਾਲ ਹੈ ਕੋਸਾਈ ਹੀ ਨਹੀਂ ਨਰਮ ਚ ਕਾਣਾ ਸਾਰ ਇੱਕ ਢਿੰਡਾ ਵੀ ਨਹੀਂ ਜੇ ਆ ਜਾ ਕੇ ਦੇਖ ਲੋ ਇੱਕ ਢਿੰਡਾ ਵੀ ਹੋਵੇ ਕੋਈ ਸਾਫਤਾ ਚੱਲ ਵੜਦੇ ਆ ਪਿੰਡ ਦੇ ਨਾਲ ਆ ਜਮਾ ਕੋਈ ਇੱਕ ਢਿੰਡਾ ਵੀ ਨਹੀਂ ਇੱਕ ਢਿੰਡਾ ਤਾਂ ਹੋਵੇ ਤੇ ਇਹ ਕਹਿੰਦੇ ਵੀ ਸ਼ਾਇਦ ਕਿਸੇ ਨਾ ਕਿਸੇ ਕੀਲ ਮੰਨ ਦੇ ਬੀਜ ਦੇ ਵਿੱਚ ਮਲਾਵਟਾ ਜਾਂ ਕੋਈ ਹੋਰ ਚੀਜ਼ ਹੋਵੇ ਕੀ ਹੋਇਆ ਵੀ ਬੀਜ ਜੀ ਮਲਾਵਟਾ ਪਹਿਲਾਂ ਕਿਵੇਂ ਵਧੀਆ ਹੋ ਜਾਂਦਾ ਸੀ ਪਹਿਲਾਂ 40 40 ਮੰਨ ਵੀ ਹੋ ਜਾਂਦਾ ਸੀ ਦੋ ਤਿੰਨ ਸਾਲ ਹੁੰਦਾ ਰਿਹਾ ਨਰਮ ਕੋਈ ਇਹੋ ਜਿਹੀ ਗੱਲ ਨਹੀਂ ਸੀ ਤੇ ਹੁਣ ਹੁੰਦਾ ਹੀ ਨਹੀਂ ਪਰ ਕੀ ਕਰਾਂ ਬੀਜ ਚਾ ਜਾ ਰੇ ਸਪਰੇਅ ਚਾ ਦੱਸੋ ਕੀ ਕੀ ਕਹਿ ਸਕਦੇ ਆਂ ਵੀ ਕੰਪਨੀਆਂ ਨਾਲ ਕੋਈ ਸਰਕਾਰ ਨੇ ਉਹ ਕਰਿਆ ਮਿਲੇ ਆ ਪੈਸੇ ਲਗਾ ਸਰਕਾਰ ਨੇ ਤਾਂ ਹੀ ਫਿਰ ਆਪਣੇ ਹੋਇਆ ਨਹੀਂ ਸਰਕਾਰ ਤਾਂ ਬਈ ਕਹਿੰਦੀ ਹੈ ਕਿ ਯਾਰ ਝੋਨਾ ਨਾ ਤੁਸੀਂ ਲਾਓ ਪਾਣੀ ਖਤਮ ਹੁੰਦਾ ਨਰਮੇ ਦੇ ਹਾਲ ਅਸੀਂ ਦੇਖੀ ਜਾਂਦੇ ਆ ਫਿਰ ਕਿਸਾਨ ਕੀ ਕਰੂ ਕਿਸਾਨ ਨੂੰ ਫਿਰ ਹੱਲ ਹੀ ਨਹੀਂ ਬਈ ਕੋਈ ਹੋਰ ਗਮਾਰਾ ਜੀ ਗਮਾਰਾ ਵੀ ਖਤਮ ਹੋ ਗਿਆ ਮੀਨ ਨਾਲ ਹੁਣ ਨਰਮਾ ਵੀ ਖਤਮ ਹੋ ਗਿਆ ਕੱਲਾ ਝੋਨਾ ਹੈ ਫਿਰ ਹੋਰ ਕਿਸਾਨ ਕੋਲੇ ਹੱਲ ਹੀ ਨਹੀਂ ਕੋਈ ਨਿਆ ਝੋਨਾ ਲਾਉ ਮਜ਼ਦੂਰ ਵੀ ਫਿਰ ਬਈ ਖਤਮ ਮਜ਼ਦੂਰ ਨਹੀਂ ਵੀ ਮਜ਼ਦੂਰ ਤਾਂ ਬਈ ਕਿਸਾਨ ਦੇ ਨਾਲ ਹੀ ਆ ਨਾ ਜੇ ਹੁਣ ਕਿਸਾਨ ਦੇ ਕੋਲ ਮੰਨ ਲਓ ਨਰਮਾ ਚੁੱਕਦੇ ਆ 7 ਰੁਪਏ ਸਾਤ ਸੋ ਦੇ ਸਾਉਣਾ ਕਮਾਂਟਰ ਦੇ ਚੁੱਕਦੇ ਆ ਜੇ ਮਜ਼ਦੂਰ ਮੰਨ ਲਾ 50 ਕਿਲੋ ਨਰਮਾ ਚੁੱਕਦਾ 350 ਰੁਪਏ ਦਿਹਾੜੀ ਪਾਉਂਦਾ ਤੇ ਜਦੋਂ ਹੁਣ ਆਪਣੀ ਹੈ ਨਹੀਂ ਤੇ ਮਜ਼ਦੂਰ ਕੀ ਕਰੂ ਮਜ਼ਦੂਰ ਵੀ ਖਤਮ ਮਜ਼ਦੂਰ ਵੀ ਭੁੱਖੇ ਹੀ ਮਰੂ ਖੱਲਾ ਕਿਸਾਨ ਹੀ ਭੁੱਖਾ ਮਰਦਾ ਜੀ ਨਾਲ ਮਜ਼ਦੂਰ ਵੀ ਮਰੂ ਤੇ ਹੁਣ ਕਿਹਦੇ ਤੋਂ 10 ਕਿਲੋ ਵੀ ਨਹੀਂ ਚੁਗੀ ਤਾਂ ਕੀ ਕਰੂ ਜਿਹੜਾ ਜਿਹੜਾ ਟਿੰਡਾ ਨੂੰ ਦੇਖਦੇ ਹਾਂ ਹਰ ਟਿੰਡੇ ਚ ਹਰ ਹਰ ਇੱਕ ਟਿੰਡਾ ਕਾਣਾ ਆ ਖੜਿਆ ਵਾ ਆ ਖੜਿਆ ਟਿੰਡਾ ਹੀ ਦੇਖ ਲੋ ਤੁਸੀਂ ਤਿੰਨ ਫੁੱਟੀਆਂ ਵੀ ਨਹੀਂ ਸਬੂਤੇ ਦੇ ਚ ਇਹ ਚੋਂ ਕੱਢ ਕੇ ਕੀ ਵੇਚਾਂਗੇ ਅਸੀਂ ਤੇ ਕੀ ਮਜ਼ਦੂਰ ਚੁੱਕੂਗਾ ਇਹ ਚੋਂ 7 ਕਿਲੋ ਨਰਮਸਰੀ ਦੇੜੀ ਚੁੱਕਦਾ ਸਰੀ ਦੇ ਦੀ ਹਾਂ 7 7-8 ਕਿਲੋ ਖੱਚ ਕੇ ਪੂਰਾ ਉੱਤੋਂ ਮੌਸਮ ਕਿੰਨਾ ਖਰਾਬ ਗਰਮੀ ਹੈ ਤੂੰ ਇਹ ਚ ਕੱਢੂ ਕੀ ਅਸੀਂ ਇਹਨੂੰ ਵੇਚਣ ਜਾਵਾਂਗੇ ਉਹ ਕਹਿੰਦੇ ਕੁਆਲਿਟੀ ਦੋ ਇਹਦੀ ਦੱਸੋ ਕੀ ਕੁਆਲਿਟੀ ਦੇਵਾਂਗੇ ਦੀ ਕੀ ਸਾਨੂੰ ਇਹ ਚ ਮਿਲੂਗਾ ਇਹ ਕੀ ਮੰਨਦੇ ਫਿਰ ਕਿਤੇ ਬੀਜਾਂ ਦੇ ਵਿੱਚ ਕੋਈ ਨਾ ਕੋਈ ਫੇਰ ਬੀਜ ਹੀ ਆ ਜੀ 100% ਬੀਜ ਹੈ ਇਹ ਅਹੀ ਪਹਿਲੇ ਹਾਲਿਆਂ ਸਰਕਾਰ ਨੇ ਜਦੋਂ ਸਾਡੇ ਪਿੰਡ ਨਾਲ ਜੋਧਪੁਰ ਦੇ ਪਾਰ ਪਰ ਹੋਇਆ ਇਹ ਕੰਮ ਹਾਲਿਆਂ ਪਤਾ ਨਾਲ ਨਾਲ ਪਿੰਡਾਂ ਵਾਲਿਆਂ ਨੂੰ ਵੀ ਆ ਸਾਡੇ ਪਿੰਡ ਦਾ ਹਾਲਾਤ ਹੈ ਜਦੋਂ ਜਦੋਂ ਕੰਪਨੀ ਕੋਈ ਆਉਂਦੀ ਕਦਾ ਸਹੀ ਰਾਇ ਨਹੀਂ ਪਾ ਰਿਆ ਜਦੋਂ ਪਿਛਲੀ ਵਾਰੀ ਹੋਇਆ ਸੀ ਫਿਰ ਤੁਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਕੋਲ ਜਾਂ ਕਿਸੇ ਸਰਕਾਰੀ ਦਰਬਾਰੇ ਗਏ ਹੋ ਕਿਸੇ ਕੰਪਨੀ ਵਾਲੇ ਕੋਲ ਜਿਨੇ ਆਪਣੇ ਆਉਂਦੇ ਆਪਣੇ ਖੇਤੀਬਾੜੀ ਚ ਮੁਲਾਜ਼ਮ ਲੱਗੇ ਸਾਰਿਆਂ ਨੂੰ ਦੱਸਦੇ ਰਹੇ ਹਾਂ ਕੀ ਕਹਿੰਦੇ ਆ ਫਿਰ ਉਹ ਉਹ ਕਹਿੰਦੇ ਬੀਜੋ ਨਾਲ ਦੱਸੋ ਕੀ ਕੀ ਅੱਛਾ ਬੀਜੋ ਹੀ ਨਾ ਉਹ ਕਹਿੰਦੇ ਜੋਧਪੁਰ ਦੇ ਬੀਜਨ ਹੱਥ ਖੜੇ ਸਾਡੇ ਤਾਂ ਮੈਕਮਾ ਕਹਿੰਦਾ ਸਾਡੇ ਤਾਂ ਹੱਥ ਖੜੇ ਆ ਜੋਧਪੁਰ ਦੇ ਦੇ ਸੈਣੇ ਵਾਲੇ ਦੇ ਪਿੰਡ ਚ ਪਿਛਲੇ ਸਾਲ ਹੀ ਹੱਥ ਖੜੇ ਕਰਕੇ ਗਏ ਸੀ ਮੈਕਮਾ ਪੁਰ ਸੈਣੇ ਵਾਲਾ ਤੀਜਾ ਪਿੰਡ ਆਈ ਸੀ ਸਾਡਾ ਗਹਿਰੀ ਆ ਗਿਆ ਸੀ ਤੇ ਮਤਲਬ ਫਿਰ ਅਗਲੀ ਵਾਰੀ ਫਿਰ ਪਰੇ ਨੂੰ ਫੇਰ ਬਗਜੂ ਹੋਰ ਵਧੂਗਾ ਵਧੂਗਾ ਜੀ ਕੱਲ ਪੱਲਾ ਕੱਲਾ ਜੋਧਪੁਰ ਸੀ ਸੈਣੇ ਵਾਲ ਸੀ ਨਾਲ ਫੈਕਟਰੀਆਂ ਉਹਨਾਂ ਦੀ ਸਿਕਰੀਆਂ ਰਾਂਹੀ ਹੋਈ ਐ ਵਹਿਰ ਸਹੀ ਹੂੰ ਉਹ ਪਿੰਡ ਵਾਲਿਆਂ ਨੇ ਕੋਈ ਹੱਲ ਕਰਿਆ ਫਿਰ ਬੱਦ ਉਹਨਾਂ ਦੇ ਹੀ ਹੱਲ ਜਿਹਦੇ ਤਾਂ ਲੋਡ ਸੀਗਾ ਕਿਸ ਨੇ ਝੋਨਾ ਲਾਤਾ ਜਿਨ੍ਹਾਂ ਨੇ ਮੂੰਗੀ ਬੀਜੇ ਮੂੰਗੀ ਨੂੰ ਪੈ ਗਿਆ ਹੁਣ ਕੀ ਕਰਾਂਗੇ ਗੁਮਾਰਾ ਗੁਮਾਰਾ ਵੀ ਜਉ ਗੁਮਾਰਾ ਮੀਂਹੇ ਖਰਾਬ ਕਰਤਾ ਤੇ ਮੱਕੀ ਬੀਜੀ ਮੱਕੀ ਉਹ ਚੰਗਾ ਬਾਣ ਪਾਲਦੇ ਚੰਗਾ ਪਾਣੀ ਪਾਲਦੀਏ ਤੇ ਸਪਰੇ ਹਾਂ ਤੇ ਸੁੰਡੀ ਉਹਨੂੰ ਪੈ ਗਲਾਬੀ ਪੈ ਗਈ ਉਹ ਵੀ ਉਹ ਵੀ ਨਹੀਂ ਮਰਦੀ ਮੈਂ ਬਈ ਬਾਣ ਰੱਖਿਆ ਸੀ ਮੱਕੀ ਵਾਸਤੇ ਠੀਕ ਹੈ ਵਿਹਲਾ ਪਿਆ ਚੱਲ ਲੱਗੇ ਦੇਖ ਲੋ ਮੱਕੀ ਵੀ ਨਹੀਂ ਹੋਈ ਛੀ ਸਪਰੇਅ ਮੱਕੀ ਤੇ ਕਰ ਚੁੱਕਿਆ ਇਹ ਤੋਂ ਪਹਿਲਾਂ ਬੀਜ ਕੇ ਮੱਕੀ ਵੀ ਨਹੀਂ ਬਈ ਤੇਰੇ ਭਾਈ ਜੇ ਆ ਹਾਲ ਆ ਫਿਰ ਅੱਗੇ ਤੋਂ ਠੇਕੇ ਠੂਕੇ ਤੇ ਲੈ ਲੋਂਗੇ ਬਾਣ ਕਾ ਕਾਵੇ ਠੇਕੇ ਲਾਵਾਂਗੇ ਜਿਹੜਾ ਹੁਣ ਆਪਦਾ ਵੇਚ ਕੇ ਖੜਾ ਚੜਾਉਣਾ ਪੂਆ ਜੀ ਲਾਂ ਹਾਂ ਕਿੱਥੋਂ 50000 ਨੂੰ ਜਿਹੜਾ ਅੱਜ ਬਾਣ ਠੇਕੇ ਤੇ ਲਈ ਬੈਠਣ ਲਾਂ ਕੱਢਾਂਗੀ ਕਿਹ ਚੋਂ ਸਮੇਂ ਤੇ ਠੇਕਾ ਮਾਲਾ ਸਸਾ 70 7000 ਰੁਪਏ 7000 ਰੁਪਏ ਪੈ ਗਿਆ ਹਾਂ ਤੇ ਉਹਦਾ ਵਿਆਜ ਵੀ ਪੂਗਾ ਬਾਣ ਗਿਆ ਲਾਊਗਾ ਹੂੰ ਦੇਵਾਂ ਕੀ ਜੇ ਆ ਹਾਲ ਫਿਰ ਇੰਨ ਚੱਲਦਾ ਰਹੇ ਫਿਰ ਤਾਂ ਖਤਮ ਬਈ ਖਤਮ ਹੈ ਜੀਮੀਦਾਰ ਬਈ ਖਤਮ ਕਰਤਾ ਇਹਨਾਂ ਨੇ ਜਦੋਂ ਜਿਹੜਾ ਘਰ ਘਰ ਆਪਣਾ ਘਰ ਦਾ ਮੁਖੀ ਬੰਦਾ ਹੈ ਤੇ ਘਰ ਨੂੰ ਖਰਾਬ ਕਰਨ ਵੇਜੇ ਤੇ ਘਰ ਦੇ ਮਗਲੇ ਜੀ ਕੀ ਕਰਨਗੇ ਮੁੱਖ ਮੰਤਰੀ ਜਦੋਂ ਆਪਣੇ ਜਿਹੜੇ ਮੇਨ ਮੰਤਰੀ ਜਿਹੜੇ ਜ਼ਿੰਮੇਦਾਰ ਨੂੰ ਉੱਠਣ ਨਹੀਂ ਦੇ ਰਹੇ ਤੇ ਦੂਜਾ ਥੱਟ ਖੜੂਗਾ ਹੁਣ ਤਾਂ ਸ਼ਾਇਦ ਕਹੇ ਕੋਈ ਹੱਲ ਹੋ ਜੇ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਪਰसों ਚੌਥੀ ਕਿਹਾ ਕਹਿੰਦੇ ਮੈਂ ਤਾਂ ਆਮ ਲੋਕਾਂ ਦਾ ਮੁੱਖ ਮੰਤਰੀ ਆ ਆ ਲੋਕਾਂ ਦਾ ਆਖਣ ਦਾ ਕਹਿਣ ਕਾਣ ਦਾ ਬਹੁਤ ਕੁਝ ਆ ਜੀ ਕਹਿਣ ਦਾ ਕਮਾਉਂਦਾ ਚਲੋ ਪਣੀ ਜੀ ਤਾਂ ਕੈਲੋਫੋਰਨਿਕਾ ਬਣਾ ਰੱਖਿਆ ਕੈਲੋਫੋਰਨਿਕਾ ਕਿੱਦੇ ਦਾ ਬਣਾਇਆ ਆਪਣਾ ਤੁਹਾਨੂੰ ਪਤਾ ਹੀ ਐ ਹੂੰ ਤੇ ਇਹ ਕੱਢਣ ਕਾਣ ਨੂੰ ਕੁਝ ਨਹੀਂ ਇਹਨਾਂ ਜੀ ਕਹੀ ਜਾਂਦੇ ਕੱਲੇ ਕਹਿਣ ਵਾਲੀ ਐ ਉੱਤੋਂ ਦੇਊ ਕਿੱਥੋਂ ਮਨਪ੍ਰੀਤ ਤਾਂ ਕਹੀ ਜਾਂਦਾ ਖਜ਼ਾਨਾ ਖਾਲੀ ਐ ਕੱਢਣ ਪਾਉਣ ਨੂੰ ਹੈ ਕਿਨਾਂ ਕੋਲੇ ਤੇ ਇਹ ਤਾਂ ਫਿਰ ਐਤ ਕੀ ਫੇਰ ਆਉਣਗੇ ਬਾਈ ਆ ਆ ਗਿਆ ਵੋਟਾ ਹਾਲਾ ਕਿ ਮੈਂ ਦੇਖਿਆ ਸੋਡੇ ਪਿੰਡ ਦੇ ਵਿੱਚ ਲੱਗਿਆ ਹੋਇਆ ਮੈਂ ਦੇਖ ਲਿਆ ਬੋਰਡ ਵੱਡਾ ਲੱਗਿਆ ਪਰ ਹੁਣ ਫੇਰ ਆਉਣਗੇ ਫਿਰ ਬੋਟਾ ਕਿਸੇ ਨੂੰ ਕਿਸੇ ਨੂੰ ਪਾਉਂਗੇ ਫਿਰ ਫਿਰ ਇਹੀ ਬਹਿ ਜਾਣਗੇ ਸਿਰ ਤੇ ਪਾਵਾਂਗੇ ਜੀ ਚਾਵਾਂ ਇਹ ਸਮਾਨਤ ਕਰਕੇ ਪਾਵਾਂਗੇ ਹੁਣ ਸਾਨੂੰ ਵੀ ਚਾਹੋ ਆ ਪੈ ਹੂੰ ਗੁੱਸਾ ਗੁੱਸਾ ਹੁਣ ਉਹ ਵੋਟਾਂ ਦਿਲਾਹਾਂਗੇ ਹੋਰ ਤਾਂ ਸਾਡੇ ਕੋਲ ਹੱਲ ਹੈ ਨਹੀਂ ਹੂੰ ਜਿਹੜਾ ਬੰਦਾ ਅੱਜ ਜੀਵਿੰਦਾਰ ਮਰ ਰਿਹਾ ਉਹਨੂੰ ਕੋਈ ਬਾਹ ਨਹੀਂ ਫੜ ਰਿਹਾ ਤੇ ਜੀਵਿੰਦਾਰ ਦੀ ਬਾਹ ਜਿਹੜਾ ਢਿੱਡ ਭਰਨ ਵਾਲਾ ਬੰਦਾ ਮਰਦਾ ਤੇ ਦੂਜੇ ਬੰਦੇ ਤੁਸੀਂ ਕਿਥੋਂ ਕਰ ਲੋਗੇ ਹਾਂ ਕਿਸਾਨ ਨੂੰ ਤਾਂ ਕਹਿੰਦੇ ਵੀ ਕਿਸਾਨ ਸਾਰੇ ਮੁਲਕ ਦਾ ਢਿੱਡ ਭਰਦਾ ਪਰ ਅੱਜ ਆਪ ਕਿਸਾਨ ਝੋਲੀ ਅੱਡੀ ਖੜਾ ਬਾਈ ਝੋਲੀ ਕੀ ਚੋੜ ਚੋੜਨੇ ਬੁਰਾ ਹਾਲਾ ਝੋਲੀ ਅੱਡ ਕੇ ਵੀ ਨਹੀਂ ਕੋਈ ਬੰਦਾ 9-9 ਮਹੀਨੇ ਤਾਂ ਸਾਨੂੰ ਉੱਥੇ ਬੈਠਣਾ ਹੋਵੇਗਾ ਹੁਣ ਉੱਥੇ ਜਾਗੇ ਤੇ ਇੱਥੇ ਵੀ ਕਰ ਕਰਦਾ ਵੀ ਕਰਨਾ ਪੈਂਦਾ ਬੁਰੇ ਫਸੇ ਆ ਜਿਹੜਾ ਨਰਮਾ ਪੱਟਾ ਇਹ ਢੜਗੇ ਵਿੱਚ ਲੇਬਰ ਉੱਤੋਂ ਖਰਚਾ ਪੂ ਸਾਨੂੰ ਜਿਹੜਾ ਹੁਣ ਇਹ ਚ ਬੀਜਾਂਗੇ ਕਿ ਆ ਵਿਹਲਾ ਪਿਆ ਕਣਕ ਬੀਜ ਨਹੀਂ ਪਊਗੀ ਕਣਕ ਦਾ ਵੀ ਵੀ ਮੁੱਲ ਲੈ ਕੇ ਬੀਜਣਾ ਪਊਗਾ ਹਲੇ ਰਾਹ ਦੇ ਵਿੱਚ ਵੀ ਦੇਖਿਆ ਸਪਰੇਹਾਂ ਹੱਲੇ ਵੀ ਕਰੀ ਜਾਂਦੇ ਆ ਉਮੀਦ ਆ ਉਮੀਦ ਹੈ ਜੀ 2000 ਰੁਪਏ ਕਿੱਲਾ ਸਮਿਟ ਦਵਾਈ ਪੈਂਦੀ ਹੈ ਕਿੱਲੇ ਦੀ ਮੈਂ 2 ਕਿੱਲੇ ਵਾਹ ਮੇਰੇ ਕੋਲ ਠੇਕ ਤੇ 2 ਕਿੱਲੇ ਵਾਹੀ ਆਫ ਕਰਦਾ 4 ਕਿੱਲੇ ਵਾਣਾ ਮੇਰੇ ਕੋਲੇ ਤਿੰਨ ਚਾਰ ਸਪਰੇਹਾਂ ਕਰਦੇ ਆ ਲਾਲ ਲਾ ਤੇ ਸਮਿਟ ਦੀਆਂ ਜਿਹੜੀ ਕੰਪਨੀ ਕੋਈ ਕਿਹੜੇ ਕੋਈ ਆ ਕੇ ਕਹਿੰਦਾ ਵੀ ਸਾਡੀ ਮਾਰੂਗੀ ਉਹਦੀ ਕਰਕੇ ਸੁਦੇ ਬਿੱਲ ਪਏ ਆ ਹੂੰ ਚਾਰੇ ਦੇ ਚਾਰੇ ਕਿੱਲਾਂ ਚ ਬਾਈ ਨਰਮਈ ਆ ਨਰਮਈ ਆ ਬਾਈ ਦੋ ਕਿੱਲੇ ਆ ਦਾ ਵਣ ਸਾਡੇ ਕੋਲੇ ਏ ਡੀਓ ਸਾਹਿਬ ਆ ਕੇ ਸਾਡੇ ਕੋਲੇ ਮਹਿਕਮੇ ਦੇ ਅਸੀਂ ਨਾ ਕੱਖਾਂ ਵਾਲੀ ਸਪਰੇਅ ਕਰਿਆ ਨਰਮਈ ਦੀ ਸਾਨੂੰ ਕਹਿੰਦੇ ਵੀ ਡੈਲੀਗੇਟ ਸਪਰੇਅ ਕਰ ਦੋ ਮੈਂ ਕਿਹਾ ਬਾਈ ਕੀ ਰੇਟ ਦੀ ਹੈ ਕਹਿੰਦਾ 13-14 ਕਹ ਹਜ਼ਾਰ ਦਾ ਲੀਟਰ ਹੈ ਅਸੀਂ ਉਹ ਵੀ ਕਰਤੀ ਬਾਈ ਅੱਛਾ ਜੀ 13-14 ਹਜ਼ਾਰ ਲੀਟਰ ਵੀ ਕਰਤੀ ਉਹ ਵੀ ਕਰਤੀ ਉਹਨੇ ਵੀ 1% ਵੀ ਨਹੀਂ ਮਰਕ ਪਿਆ 1% ਫਰਕ ਵੀ ਨਹੀਂ ਪਿਆ ਨਾ ਬਾਈ ਟੱਕਾ ਹੀ ਨਹੀਂ ਕਰ ਫੇਰ ਕਹਿੰਦੇ ਵੀ ਸਮਿਟ ਕਰ ਦੋ ਉਹ ਵੀ ਕਰਤੀ ਫੇਰ ਪ੍ਰੋਗਰਾਮ ਸੀ ਉਹ ਵੀ ਕਰਤੀ ਮਹਿੰਗੀ ਤੋਂ ਮਹਿੰਗੀ ਸਪਰੇ ਕਰੀ ਬਾਈ ਐ ਸੀ ਮੀਂਹ ਸੀ ਉਹਨਾਂ ਨੇ ਸਿਫਾਰਿਸ਼ਾਂ ਕੀਤੀਆਂ ਤੁਸੀਂ ਹਰ ਚੀਜ਼ ਕਰਤੀ ਹਰ ਚੀਜ਼ ਕਰਤੀ ਬਾਈ ਨਰਮਾ ਹਟਾ ਉੱਥੇ ਮੱਛ ਚੱਲੇ ਚਾਰ ਕਿੱਲੇ ਬਾਣ ਸਾਨੂੰ ਕਹਿੰਦੇ ਬਲੈਕ ਕਲਵਾਡ ਸੜਕ ਦੋ ਮੈਂ ਇੱਕ ਮਾਦੰਦਾ ਅਸੀਂ ਉਹ ਵੀ ਸੜਕਦੀ ਸਾਨੂੰ ਉਹਨੇ ਚਾਰ ਤਰ੍ਹਾਂ ਦੇ ਫੰਗੀ ਸੜ ਦੱਸੇ ਅਸੀਂ ਉਹ ਵੀ ਸੜਕਦੇ ਪਰ ਨਰਮਾ ਉੱਥੇ ਖੜ ਗਿਆ ਵੀ ਮੱਚ ਨੂੰ ਖੜ ਗਿਆ ਬਸ ਵੀ ਹੈ ਕੁਝ ਨਹੀਂ ਉਹਦੇ ਵਿੱਚ ਤੇ ਫਿਰ ਮਹਿਕਮੇ ਕੋਲ ਨਹੀਂ ਜਾ ਕੇ ਆ ਵੀ ਹੁਣ ਤੁਸੀਂ ਜਿਹੜੀ ਸਿਫਾਰਸ਼ ਕੀਤੀ ਸੀ ਹੁਣ ਤਾਂ ਅਸੀਂ ਉਹ ਵੀ ਚੱਕਣੋਂ ਹਟ ਗਏ ਉਹ ਅਸੀਂ ਫੋਨ ਲਾਉਂਦੇ ਸੀ ਬਾਈ ਨੂੰ ਹਾਂ ਵੀ ਯਾਰ ਬਾਈ ਆ ਕੇ ਤਾਂ ਦੇਖ ਲਓ ਹੁਣ ਹੀ ਚੱਕਣੋਂ ਹਟ ਗਏ ਅੱਛਾ ਤੂੰ ਫੋਨ ਵੀ ਨਹੀਂ ਚੱਕਿਆ ਤੁਹਾਡਾ ਹਾਂ ਦੋ ਵਾਰੀ ਫੋਨ ਲਾਇਆ ਮੈਂ ਦੋਨੇ ਵਾਰੀ ਫੋਨ ਹੀ ਨਹੀਂ ਚੱਕਿਆ ਬਾਅਦ 'ਚੋਂ ਫਿਰ ਕੀ ਕਰਾਂਗੇ ਉਹਨਾਂ ਨੂੰ ਪਾ ਫਿਰ ਜੇ ਬਾਈ ਆਪਾਂ ਸਫਾਰਸ਼ਾਂ ਤੇ ਕੰਮ ਕਰਦੇ ਯੂਨੀਵਰਸਿਟੀ ਇਹਦੇ ਮਹਿਕਮੇ ਤੇ ਫਿਰ ਉਹ ਵੀ ਨਹੀਂ ਹੱਲ ਕਰ ਰਹੇ ਕੋਈ ਬਾਈ ਕੋਈ ਹੱਲ ਹੀ ਨਹੀਂ ਜੇ ਉਹਨਾਂ ਨੇ ਆਪਦੇ ਪਲਾਟਾਂ 'ਚ ਨਹੀਂ ਕੁਝ ਹੋ ਰਿਹਾ ਸਾਡੇ ਪਲਾਟਾਂ 'ਚ ਕੀ ਕਰ ਦੇਣਗੇ ਆ ਜਾ ਉਹ ਆ ਜਾ ਜੇ ਜੀ ਮਾਜ ਮਿਲ ਗਿਆ ਤਾਂ ਗਣਕ ਭੀਜ ਲਾਂਗੇ ਨਹੀਂ ਸਾਨੂੰ ਤਾਂ ਘਰੇ ਆ ਤੇ ਗੁੜਚਾ ਦਾ ਸੰਸਾ ਹੋਇਆ ਪਿਆ ਵੀ ਪਹਿਲਾਂ ਸੀ 12-13 ਲੱਖ ਰੁਪਏ ਜਾ ਕੇ ਠੇਕਾਪਰੀ ਬਠਿਆ ਤੇ ਬਾਣਗਾ ਵੀ ਸਾਨੂੰ ਕਿੱਥੋਂ ਦੇ ਦੂਗਾ ਬਾਣਗੇ ਕਹਿੰਦੇ ਨਰਮਾਇਣ ਦੇ ਕੋਈ ਨਾਮ ਆਊ ਪੇਮੈਂਟ ਫਿਰ ਦੇ ਦਾਂਗੇ ਘਰ ਪਾਉਣ ਵਾਲਾ ਹੁਣ ਉਮੀਦਾਂ ਤਾਂ ਬੜੀਆਂ ਰੱਖੀਆਂ ਸੀਗਾ ਘਰ ਸਾਡੇ ਆ ਮਰਨ ਵਾਲਾ ਕੰਮ ਮੈਂ ਘਰ ਪਾਈ ਜਾਂਦਾ ਸੀ ਹੱਥ ਵਿਚਾਲੇ ਪਿਆ ਵੀ ਚਲ ਨਰਮ ਆ ਗਿਆ ਯਾਰਮ ਤਾਂ ਫਸਲ ਆ ਗਈ ਹੁਣ ਉਹ ਕਰ ਲਾਂਗੇ ਪਲਾਸਟਰ ਵੱਲ ਇਹ ਚੀਜ਼ ਬੰਦਾ ਸੋਚਦਾ ਹਨਾ ਬੜਾ ਕੁਝ ਕਿਸੇ ਨੇ ਵਿਆਹ ਦਾ ਸੋਚਿਆ ਪਹਿਲੀ ਤੇ ਜੀ ਸਾਸ ਜੱਟ ਨੂੰ ਪਸੂ ਤੇ ਪਹਿਲੀ ਤੇ ਹੁੰਦੇ ਜੀ ਹਾਂ ਬਿਲਕੁਲ ਥੋੜਾ ਫਾਇਦਾ ਇੱਕੋ ਹੀ ਆ ਹੋਇਆ ਸਾਡਾ ਸਾਡਾ ਹੁਣ ਦੱਸੋ ਜੀ ਬਾਣ ਤਾਂ ਐ ਲਿਆ ਜੀ ਨਾ ਵੀ 12-13 ਲੱਖ ਰੁਪਏ ਠੇਕਾ ਤਾਂ ਐ ਭਰਦੇ ਆ ਵੀ ਯਾਰ ਗਾਂ ਨੂੰ ਚੰਗੀ ਫਸਲ ਹੋਊਗੀ ਵੀ ਗਾਂ ਨੂੰ ਜੇ ਦੂ ਗਾਂ ਹੋਰ ਲੈ ਲਾਂਗੇ ਆਪਾਂ ਮੰਨ ਤਾਂ ਗਾਂ ਵਧਾਉਣੇ ਆ ਨਾ ਵੀ ਗਾਂ ਜਾਂ ਰਜੈਤ ਕੀ 30 ਕਿੱਲੇ ਤਾਂ ਗਾ ਨੂੰ 40 ਕਰ ਲਾਂਗੇ ਪਰ ਇਹ ਤਾਂ ਹੁਣ ਜਮੇ ਪਿੱਛੇ ਹੋ ਗਏ ਤਾਂ ਵੀ ਗਾ ਨੂੰ ਤਾਂ ਜਮਾ ਲੈਣ ਹੋਏ ਰਹਿ ਗਏ ਸਾਡੇ ਕੋਲ ਕੁਛ ਬਾਣ 62000 ਰੁਪਏ ਨੂੰ ਅੱਛਾ ਜੀ 62000 ਨੂੰ ਠੇਕੇ ਤੇ ਆ ਕੁਛ ਬਾਣ ਹਾਂ ਸਾਡੇ ਕੋਲ 10 ਕਿੱਲੇ ਬਾਣ 62000 ਨੂੰ ਜਿਹੜੇ ਝੋਨਾ ਲੱਗਿਆ ਹੋਇਆ ਤੇ ਸਾਨੂੰ ਝੋਨਾ ਵੀ ਐ ਲੱਗਦਾ ਵੀ 60 ਮਾਣ ਹੀ ਨਿਕਲੂ ਕਿੱਲੇ ਦਾ ਝੋਨੇ ਦਾ ਹੀ 15 20% ਨਾਰਮੇ ਨੇ ਨਕਸਾ ਮੌਸਮ ਨੇ ਖਰਾਬ ਕਰਤਾ ਝੋਨਾ ਝੋਨਾ ਹਾਂ 15 20% ਨੁਕਸਾਨ ਮਾਣ ਕਿੱਲੇ ਦਾ ਉੱਡੇ ਐਨੀ ਨਹੀਂ ਵੱਲੀ ਉੱਤੋਂ ਤਾਂ ਹੋ ਗਈ ਨਾ ਚੁਗੋ ਤੇ ਉੱਥੇ ਦਾਣੇ ਪੈ ਗਏ ਸਾਰੇ ਆਪ ਤੇ ਜੱਟ ਤੇ ਆ ਬਈ ਸਾਰੇ ਕੁਝ ਹੁਣ ਤਾਂ ਵੀਰੇ ਹੀ ਆ ਵੀ ਜੇ ਝੋਨਾ ਥੋੜਾ ਮਤ ਉਹ ਗਿਆ ਕੁਝ ਦੇਊਗਾ ਨਹੀਂ ਨਰਮਾ ਤਾਂ ਕੁਝ ਨਹੀਂ ਹਾਂਜੀ ਨਰਮੇ ਤਾਂ ਕੋਈ ਆਸਮੀਤ ਨਹੀਂ ਜਿਹਦੇ ਕੋਲ ਝੋਨਾ ਉਹਨਾਂ ਦੇ ਉਹਨੂੰ ਆ ਸਾਰੇ ਝੋਨੇ ਵਾਲਾ ਏਰੀਆ ਹੈ ਨਹੀਂ ਸਾਡੇ ਥੋੜੇ ਕੋਲ ਝੋਨਾ ਹਾਂਜੀ ਝੋਨਾ ਹੈ ਨਹੀਂ 4 ਕਿੱਲਾਂ ਚ ਨਰਮਾ ਹੀ ਹੈ ਜੀ ਕੋਈ Ạਡੇ ਕੋਲੇ 15 ਕਿੱਲੇ ਨਰਮਾ ਤੁਹਾਨੂੰ ਦੱਸਿਆ ਨੇ ਆ ਵੀ 15 ਕਿੱਲਾਂ ਤੋਂ ਜਮਾ ਹੀ ਪੱਟਦੇ ਆ ਹੁਣ ਵੀ ਹੁਣ ਪੱਟਿਆ ਵੀ ਨਹੀਂ ਆਪ ਤੋਂ ਜਾਣਾ ਲੱਗਦਾ ਵੀ ਦਿਹਾੜੀ ਕਿ ਥੋੜੀ ਦਿਹਾੜੀਆਂ ਨੂੰ ਕੀ ਦੇ ਮੈਂ ਉਹ ਵੀ ਪੈ ਚਾਹੇ ਜੇ ਵਿੱਚ ਬੋਣੇ ਬਾਈ ਉਹਦੇ ਹੁਣ ਆਲਾ ਸਰੋਂ ਬੀਜ ਦਾਂਗੇ ਚੱਲ ਮੰਨ ਲਓ ਬਾਕੇ ਵੀ ਉਹਦੇ ਬਾਅਦ ਤੇ ਫਿਰ ਡੀਜ਼ਲ ਚਾਹੀਦਾ ਜੇ ਆਪਾਂ ਮੰਨ ਲਓ ਰੂਟਾ ਵੇਟਰ ਨਾਲ ਵਿੱਚ ਬੋਹਨੇ ਆ ਤਾਂ ਫਿਰ ਉਹਦੇ ਨਾਲ ਡੀਜ਼ਲ ਚਾਹੀਦਾ ਡੀਜ਼ਲ 100 ਰੁਪਏ ਲੀਟਰ ਕਿੱਥੋਂ ਲਿਆਵਾਂ 15 ਲੀਟਰ ਤੇਲ ਨਾਲ ਕਿੱਲਾ ਵਾਣ ਬਾਹੂ ਛਟੀਆਂ ਆਹ ਲਈਏ ਵੀ ਪੰਜ ਚਾਰ ਪੰਜ ਚਾਰ ਲੀਟਰ ਤੇਲ ਨਾਲ ਕਿੱਲਾ ਵਾਣ ਬਾਦੂ ਦੋ ਤਿੰਨ ਵਾਰੀ ਵਾਹਾਂਗੇ ਫੇਰ ਛਟੀਆਂ ਵਿੱਚ ਮਿਲਣਗੇ ਫੇਰ ਕੋਈ ਜਾਂ ਸਰੋਂ ਮਨ ਲੋ ਗਣ ਕਬੀਜਾਂ ਜਾਂ ਸਰੋਂ ਬੀਜਾਂਗੇ ਫੇਰ ਵੀਜੀ ਜਾਊਗੀ ਤੇ ਇੰਨਾ ਡੀਜ਼ਲ ਵੀ ਫੇਰ ਕਿੱਥੋਂ ਲਾਵਾਂ 2000 ਦਾ ਹੋ ਗਿਆ ਕਿੱਲੇ ਦਾ ਤੇ ਦਵਾਰੇ ਗਾਲਟੀਵੇਟਰ ਮਾਰਨੇ ਪੈਣਗੇ ਵੀ ਸੁਹਾਗਾ ਮਾਰਾਂਗੇ ਬੀਜਾਂਗੇ ਫੇਰ ਉਹ ਕਿੱਥੋਂ ਲਿਆਵਾਂ ਬਾਈ تنہا یار 3300 ਦਾ ڈیزਲ ਚਾਈਦਾ ਫਿਰ ਡੀਪੀ ਚਾਹੀਦੀ ਹੈ ਫਿਰ ਬੀ ਚਾਹੀਦਾ ਉਹ ਵੀ ਜੇ ਕੋਈ ਸਾਡੇ ਕੋਲੇ ਕੁਝ ਉਹ ਫੇਰ ਹੀ ਲੈ ਕੇ ਆਵਾਂਗੇ ਤੇ ਹੁਣ ਛੇੜਤਾ ਕਹਿੰਦੇ ਨੇ ਵੀ ਜੇ ਸੋਡੇ ਕੋਲੇ ਫਾਸਲੀ ਨਹੀਂ 12-13 ਲੱਖ ਰੁਪਏ ਦੇ ਪਹਿਲਾਂ ਕਰਜਾਈ ਹੋਏ ਬਟੇ ਆ ਵੀ ਹੁਣ ਹੋਰ ਸਾਨੂੰ ਕਿੱਥੋਂ ਦੇ ਦੇਗੇ ਹਮ ਜੇ ਫਸਲ ਲੈ ਕੇ ਜਾਵਾਂ ਜਟਾਂ ਕੋਲ ਫੇਰ ਹੀ ਦੇਣਗੇ ਨਾ ਆਪਾਂ ਨੂੰ ਪਿਛਲਾ ਕਰਜ਼ਾ ਵੀ ਇਸ ਫਸਲ ਨਹੀਂ ਲਾਉਣਾ ਸੀ ਫੇਰ ਤੇ ਫਿਰ ਇਹਦਾ ਕਰਕੇ ਇਹਦੀ ਇਹਦੇ ਕਰਕੇ ਜੜਾਇਆ ਸੀ ਕਰਜ਼ਾ 12-13 ਲੱਖ ਰੁਪਈਆ ਵੀ ਇਹਦੇ ਨਾਲ ਲਾ ਦੇਂਗੇ ਉਹ ਤਾਂ ਐ ਸੀ ਮੇਰੇ ਸੀ ਬਚੂ ਆਪਾਂ ਨੂੰ ਕੋਈ 5-4 ਲੱਖ ਰੁਪਈਆ ਤੇ ਫਿਰ ਹੁਣ ਐ ਲੱਗਦਾ ਵੀ ਜਿਹੜਾ ਆ ਚੜਾਈ ਬਿਠਿਆ ਵੀ ਵੀ ਸਿਰ ਪੈ ਗਿਆ 12-13 ਲੱਖ ਰੁਪਈਆ ਉਹ ਕਰਜ਼ਾ ਵੀ ਆਪਦੇ ਘਰਕੋਰ ਵਾਸਤੇ ਕੋਈ ਆਸਾ-ਪਾਸਾ ਕਰਨ ਵਾਸਤੇ ਇਹ ਜੇ ਕੁਸਤੀ ਪੈਸੇ ਪੁਹੇ ਲੈਣੇ ਆ ਪੈਸੇ ਤਾਂ ਭਈਆ ਠੇਕਾ ਭਰਿਆ ਸੀ ਨਾ 12-13 ਲੱਖ ਰੁਪਈਆ ਚੱਕੇ ਅੱਛਾ ਤੁੰਦਸੀ ਨੇ ਵਧੀਆ ਫਾਦਲ ਉਹ ਯਾਰ ਆਪਾਂ ਦੇ ਦੇ ਦਾਂਗੇ ਸੇਠਾਂ ਦਾ ਕੀ ਆ ਦੇ ਲਾ ਦੇਾਂਗੇ ਮੇਰੇ ਤਾਂ ਇਹਦੀ ਲੌਂਟਾਂ ਲੌਂਟਾਂ ਭਰਾਂਗੇ ਵੀ ਬਚਣਗੇ ਰੁਪਏ ਯਾਰ ਤੇ ਗੱਲ ਕਰ ਵੀ ਹੁਣ ਜਮੇ ਨੰਦੂ ਨਿਕਾ ਗਿਆ ਹਾਂ ਤਾ ਜਮਾ ਫੇਲ ਹੋ ਗਿਆ ਇਸ ਟਾਈਮ ਬਾਈ ਜੱਸ ਇਹ ਇਹ ਆਪਣੇ ਕੰਮੇ ਆ ਕੰਮੇ ਆ ਉਹੀ ਮੈਂ ਗੱਲ ਕਰਦਾ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਲਾਇਆ ਜਾਂਦਾ ਕਿਸਾਨ ਦੇ ਨਾਲ ਹੀ ਮਜ਼ਦੂਰ ਆ ਮਜ਼ਦੂਰ ਦੇ ਨਾਲ ਹੀ ਕਿਸਾਨ ਆ ਮਜ਼ਦੂਰ ਭਾਈਚਾਰਾ ਸਾਡੇ ਨਾਲਾ ਬਾਪੂ ਜੀ ਆਹ ਟਾਈਮ ਆਗਾ ਨਰਮਾ ਚੁਗਣ ਦਾ ਪਰ ਇੱਥੇ ਤਾਂ ਫਿਰ ਵੱਢੀ ਜਾਂਦੀ ਨਰਮਾ ਹਾਂ ਹਾਂ ਵੱਢੀ ਜਾਂਦੇ ਫਿਰ ਅਸੀਂ ਗਰੀਬ ਆਦਮੀ ਮਾਰੇਗੇ ਜਮਾਈ ਸਾਨੂੰ ਕੁਝ ਵੀ ਨਹੀਂ ਕਰਨ ਨੂੰ ਅਸੀਂ ਭੁੱਖੇ ਮਰਾਂਗੇ ਨਰਮਾ ਜੱਟਾਂ ਦੇ ਫਸਲ ਹੋਈ ਨਹੀਂ ਤੇ ਨਹੀਂ ਤੇ ਅਸੀਂ ਕਿੱਥੋਂ ਚੁਗਾਂਗੇ ਨਾ ਨਾ ਨੌਕਰੀ ਜਗਾਰ ਮਿਲਦਾ ਹਾਂ ਸਾਨੂੰ ਵੀ ਇਥੇ ਮਿਲ ਰਹਾ ਅਸੀਂ ਕੀ ਕਰਾਂ ਕਿ ਕਿੱਥੇ ਜੇ ਕਿੱਧਰ ਜਾਵਾਂਗੇ ਨਾ ਕਿਤੇ ਗਾਂਹ ਜਾਣ ਜੋ ਕਰੇ ਨਾ ਫਸਾਣ ਜਾਣ ਜੋ ਕਰੇ ਇਹ ਸੋਡੇ ਆਹ ਪਿੰਡ ਚ ਆਹੀ ਹਾਲਾ ਸਾਰ ਸਾਰੇ ਸਾਰੇ ਪਿੰਡ ਚ ਇਹੀ ਹਾਲ ਸਾਡੇ ਕਿਸੇ ਵੀ ਫੁੱਟੀ ਵੀ ਨਹੀਂ ਨਰਮੇ ਦੀ ਹੂੰ ਪੱਟਣ ਲੱਗੇ ਪਏ ਹੁਣ ਆ ਫੋਟੋ ਖਿੱਚ ਲੋ ਤੁਸੀਂ ਇੱਥੇ ਆ ਆਰ ਉੱਤ ਚ ਤਾਂ ਆਸ ਲਾਈ ਹੁੰਦੀ ਆ ਕਿ ਚਲ ਉਹਨਾਂ ਦਾ ਨਰਮਾ ਚੋਗਾਂਗੇ ਉਹਨਾਂ ਦਾ ਨਰਮਾ ਚੋਗਾਂਗੇ 4 ਰੁਪਏ ਕੱਟੇ 20000 ਰੁਪਏ ਫੜਦੇ ਹੁਣ ਇੱਥੇ ਕੀ ਸਾਡੇ ਕੋਲ ਕੁਝ ਵੀ ਨਹੀਂ ਨਾ ਇਹ ਦੇ ਦੇ ਰਿਹਾ ਨਾ ਸਾਨੂੰ ਬਾਣੀਆਂ ਦੇ ਰਿਹਾ ਨਾ ਸਾਡੇ ਕੋਲ ਦਾਣੇ ਆ ਕੁਝ ਵੀ ਨਹੀਂ ਸਾ ਹੂੰ 7-8 ਕਿਲੋ ਨਰਮਾ ਸਾਰੇ ਦੇੜੇ ਚੋ ਸਾਰੇ yaar 5 ਕਿਲੋ ਨਰਮਾ ਚੁਕਦੇ ਸੀ ਇੱਕ ਦਿਹਾੜੀ ਦੇ ਵਿੱਚ ਇੱਕ ਦਿਹਾੜੀ ਦੇ ਵਿੱਚ ਕੁਝ ਕਿੰਨਾ ਚੁਕ ਦਿੰਦੇ ਸੀ ਅੱਗੇ ਅਸੀਂ 50-60 ਕਿਲੋ ਨਰਮਾ ਚੁਕਦੇ ਸੀ ਆਮ ਹੂੰ ਠੀਕ ਕਿਵੇਂ 5 ਕਿਲੋ ਨਰਮਾ ਚੁਕਦੇ ਆ ਤੇ ਫਿਰ ਇਹ ਨਰਮਾ ਤਾਂ ਹੁਣ ਚੁਗਣ ਨੂੰ ਵੀ ਨਹੀਂ ਜੀ ਕਰਦਾ ਹੁਣ ਇਹ ਕਿਥੋਂ ਚੁਗਣ ਨੂੰ ਜੀ ਫੂਨੀਆਂ ਨਾਲ ਲੱਕੇ ਨੇ ਹੱਥਾਂ ਦੇ ਨੇ ਸਾਡੇ ਰੋਣ ਵਾਲੇ ਹੋ ਜਾਂਦੇ ਹੈਂ ਹੱਥ ਨੂੰ ਮੁੜਕਾ ਵੀ ਜਾਂਦਾ ਸੋ ਕੁ ਮੱਥਰ ਬਸੇਰਾ ਹੋਇਆ ਪਿਆ ਕਰਾਂਗੇ ਕੀ ਗਵਰਨਮੈਂਟ ਦੇਵੇ ਸਾਨੂੰ ਕੁਝ ਮੜਾ ਮੋਟਾ ਫੇਰ ਹੀ ਹੈ 20000 ਮਾਫ ਜਾ ਹਾਂ ਅਸੀਂ ਕਰਾਂਗੇ ਕਿ ਅਸੀਂ ਗਰੀਬ ਆਦਮੀ ਆਪ ਇਹਨਾਂ ਨਾਲੀਆਂ ਇਹਨਾਂ ਠੇਕੇ ਦੇ ਪਾਲੀਆਂ ਲਈਆਂ ਤੇ ਅਸੀਂ ਇਹ ਸਾਨੂੰ ਪਹਿਲਾ ਦੇਣ ਦੇ ਦਾ 20000 ਰੁਪਏ ਫੜਾਣ ਦੇ ਪੈਕਿੰਗ ਵਿੱਚ ਨਰਮਾ ਚਗਾਓ ਐਤਕੇ ਪੰਜੇ ਵੀਂ ਦੇ ਰਹੇ ਇਹਨਾਂ ਨੂੰ ਗਾਣ ਮਿਲ ਨਹੀਂ ਰਹੀ 100 ਦੇਣਗੇ ਸਾਨੂੰ ਹਾਂ ਬਾਣੀਆਂ ਦੇਖ ਲੈਂਦੇ ਨਰਮ ਆਊਗਾ ਤੇ ਨਰ ਬਾਣੀਆਂ ਹੁਣ ਪਹਿਲਾਂ ਹੀ ਪਤਾ ਲੱਗਿਆ ਖੜਾ ਬਾਣੀਆਂ ਨੂੰ ਵਹਿ ਨਹੀਂ ਕੁਛ ਪਬਜੇ ਇੱਕ ਭਾਈ ਬਾਈ ਹੋਰੇ ਕਿਸਾਨ ਖਤਮ ਆ ਤਾਂ ਮਜ਼ਦੂਰਤਾ ਨਾਲ ਖਤਮ ਆ ਹਾਂ ਅਸੀਂ ਵੀ ਨਾਲ ਖਤਮ ਜਦੋਂ ਇਹਨਾਂ ਨੂੰ ਮਿਲਦਾ ਸਾਨੂੰ ਕੁਛ ਮਿਲੂਗਾ ਰਜਗਾਜ ਅਸੀਂ ਫੇਰ ਹੀ ਤੁਰਾਂਗੇ ਅੱਗੇ ਪਹਿਲਾਂ ਤੋਰੀ ਫੁਲਕਾ ਚੱਲ ਜਾਂਦਾ ਸੀ ਜਦੋਂ ਸਾਰਾ ਕੁਝ ਚੱਲਦਾ ਸੀਗਾ ਸਾਡਾ 50-50 ਰੁਪਏ ਸੀ ਪੇਛੀ ਚੱਕ ਲੈਂਦੇ ਇਹਨਾਂ ਤੋਂ ਹੁਣ ਸਾਨੂੰ ਪੰਜੀ ਵੀ ਨਹੀਂ ਮਿਲ ਰਹੀ ਨਾ ਸਾਡੇ ਕੋਲ ਧਾਣੇ ਕੁਝ ਵੀ ਨਹੀਂ ਖਾਣ ਕਰਾਂਗੇ ਕੀ ਅਸੀਂ ਤੇ ਫਿਰ ਕਿਵੇਂ ਚੱਲੂ ਹੁਣ ਹੁਣ ਕਿਵੇਂ ਚੱਲੂ ਕੋਈ ਦੇਣਗੇ ਫੇਰ ਹੀ ਚੱਲੂਗਾ ਮਾੜਾ ਮੋਟਾ ਸਾਨੂੰ ਵੀ ਨਾਲ ਦੇਣ ਇਹਨਾਂ ਨੂੰ ਹੀ ਮਿਲਣਾ ਚਾਹੀਦਾ ਸਾਨੂੰ ਹੀ ਮਿਲਣਾ ਚਾਹੀਦਾ ਕਿਵੇਂ ਕਿਵੇਂ ਚੱਲੂ ਬਾਈ ਕੀ ਮੰਨਦੇ ਹੁਣ ਕਿਵੇਂ ਚੱਲੂ ਫਿਰ ਅੱਗੇ ਅਸੀਂ ਤਾਂ ਗਵਰਨਮੈਂਟ ਤੋਂ ਮੁਆਵਜ਼ਾ ਮੰਗਦੇ ਆ ਜੀ ਸਾਨੂੰ ਮੁਆਵਜ਼ਾ ਦਿੱਤਾ ਜਾਵੇ 20000 ਰੁਪਿਆ ਫੇਰ ਬਚਾਂਗੇ ਨਹੀਂ ਤਾਂ ਮਰਨ ਦਿਹਾੜੀ ਹੈ ਬੱਚੇ ਦੂ ਭੁੱਖੇ ਮਰ ਰਹੇ ਆ ਤੇ ਅਸੀਂ ਆਪ ਮਰ ਰਹੇ ਆ ਤੁਹਾਨੂੰ ਤੁਸੀਂ ਗਵਰਨਮੈਂਟ ਤੋਂ ਮੁਆਵਜ਼ਾ ਮੰਗਦੇ ਆ ਪਹਿਲਾਂ ਤਾਂ ਇਹਨਾਂ ਦਿਨਾਂ ਦੇ ਵਿੱਚ ਨਰਮਾ ਚੁੱਕਦੇ ਹੁੰਦੇ ਸੀ ਹਾਂਜੀ ਪਹਿਲਾਂ ਵਧੀਆ ਗੁਜ਼ਾਰਾ ਹੋਈ ਜਾਂਦਾ ਸੀ ਇਹ ਨਰਮੇ ਚੰਗੇ ਹੁੰਦੇ ਸੀਗੇ ਜੀ ਤੇ ਆ ਦਾ ਟਾਈਮ ਪਾਸ ਵਧੀਆ ਹੋ ਜਾਂਦਾ ਸੀਗਾ ਹੌਣ ਤਵਸ ਭੁੱਖੇ ਮਨ ਦੇ ਚੱਲੇ ਆ ਸਾਡੇ ਜਮਾ ਤੇ ਗਵਰਨਮੈਂਟ ਅਗੇ ਸਾਨੂੰ ਵੱਤ ਤੋਂ ਵੱਤ ਮੁਆਵਜ਼ਾ ਦੇਵੇ ਫੇਰ ਬਚਾਂਗੇ ਨਹੀਂ ਸਾਡਾ ਮੁਸ਼ਕਲ ਆ ਭਾਈ ਕੀ ਮੰਗ ਰਊਗੀ ਗਵਰਨਮੈਂਟ ਤੱਕ ਕੀ ਮੰਗ ਰਊਗੀ ਭਾਈ 60 70000 ਰੁਪਇਆ ਘੱਟੋ ਘੱਟ ਸਾਨੂੰ ਕਿੱਲੇ ਦਿੱਤਾ ਜਾਵੇ ਜੀ ਸਰਕਾਰ ਠੀਕੇ ਹਿਸਾਬ ਨਾਲ ਦੇਖ ਕੇ ਉਹ ਵੀ 60 70000 ਉਹ ਆ ਜਿੰਨਾ ਸੋਡਾ ਉੱਤੇ ਲੱਗ ਗਿਆ ਵੱਧ ਨਹੀਂ ਮੰਗਿਆ ਹਾਂ ਕੁਝ ਨਹੀਂ ਵਾਜਦੇ ਸਾਨੂੰ ਠੇਕਾ ਹੀ ਵੀ ਦੇ ਦੇਣਾ ਠੇਕਾ ਦੇ ਦੇਣਾ ਸਾਡਾ ਮੋੜ ਦੇਣਾ ਹੂੰ ਕੁਛ ਨਹੀਂ ਬਸ ਆਹੀ ਆ ਠੇਕੇ ਲੈ ਕੇ ਵਿਚ ਵਿਚ ਮੈਂ ਭਾਈ ਕੀ ਕੀ ਮੰਗ ਰਿਹਾ ਹੂੰ ਸਰਕਾਰ ਭਾਈ ਇਹ ਤਾਂ ਕਹਿੰਦੇ ਸਾਡਾ ਠੇਕਾ ਦੇ ਦੇ ਵੀ ਜਿਹੜਾ 50 50 60 6000 ਰੁਪਏ ਜਿਹੀ ਦੇਈ ਬੈਠੇ ਆ ਹੂੰ ਉਧਰ ਦਾ ਖਰਚਾ ਸੀ ਚੱਲ ਲਾ ਉੱਤੇ ਕੁਛ ਨਹੀਂ ਚਾਹੀਦਾ ਨਹੀਂ ਚਾਹੀਦਾ ਤੁਹਾਨੂੰ ਅਸੀਂ ਉਧਰ ਦਾ ਖਰਚਾ ਹੀ ਚੱਲ ਲਾਂਗੇ ਨਾ ਫਿਰ ਭਲਜੀ ਹੂੰ ਵੀ ਕੁਛ ਚੱਲ ਅਸੀਂ ਚੱਲ ਲੈ ਕੋਈ ਸਾਨੂੰ ਸਰਕਾਰ ਦੇਵੇ ਹੂੰ ਵੀ ਚੱਲ ਇੰਨੇ ਨਾਲ ਸਾਡਾ ਵੀ ਜਿੰਨਾ ਜਿੰਨਾ ਖਰਚਾ ਹੋਊਗਾ ਹਾਂ ਗੁਜ਼ਾਰਾ ਹੋਈ ਚੱਲੇ ਬਸ ਮ ਵੀ ਚਲੋ ਇੰਨੇ ਨੁਕਾਨ ਕਾਜੂ ਬਸ ਜੇ ਮੁਆਵਜ਼ਾ ਮਿਲੂ ਫੇਰੀ ਅਗਲੀ ਫਸਲ ਬੀਜੀ ਜਾਵੇ ਫੇਰੀ ਬੀਜੀ ਜੋ ਬਈ ਨਹੀਂ ਨਹੀਂ ਬੀਜੀ ਨਹੀਂ ਬਰਾ ਨਹੀਂ ਭਾਈ ਭਾਈ ਜਾ ਤੁਸੀਂ ਤਾਂ ਖਤਮ ਕਰੋਗੇ ਨਾ ਇਹਨੂੰ ਕਿਓ ਵੀ ਚੰਨੀ ਚੰਨੀ ਕੀ ਕਹੋਗੇ ਭਾਈ ਜੀ ਇਸ ਤਰਾਸ ਦੀ ਮਰੇ ਕਿਸਾਨ ਦੀ ਜਿਹੜੀ ਇਹ ਤਰਾਸ ਦੀ ਅਸੀਂ ਤਾਂ ਜੀ ਪੂਰੇ ਮਾਰੇ ਪਏ ਹਾਂਗੇ ਇਹਦੇ ਵਿੱਚ ਇਸ ਤੇ ਇਹੀ ਕਹਿਣੇ ਆ ਵੀ ਜਿਵੇਂ ਅਸੀਂ ਸਾਡਾ ਪਿਛਲੇ ਜਿਹੜੇ ਨਰਮੇ ਵਧੀਆ ਹੋਏ ਸਾਨੂੰ ਅੱਜ ਕੀ ਆਸਾਂ ਸੀਗਾ ਵੀ ਸਾਡੇ ਨਰਮੇ ਇਤਕੀ ਵਧੀਆ ਫਸਲਾਂ ਵਧੀਆ ਹੋਣੀਆਂ ਸਾਰਾ ਕੁਝ ਵਧੀਆ ਹੋਊਗਾ ਆ ਮੇਰਾ ਦੋਸਤ ਆ ਇਹ ਇਹਦੇ ਕੋਲੇ ਮੈਂ ਜਾਂਦਾ ਨਾ ਮੈਂ ਕਿੰਨਾ ਨਰਮਾ ਠੇਕੇ ਲੈਤਾ ਕਹਿੰਦਾ ਯਾਰ ਅੱਜ ਕਿੰਨਾ ਲੈ ਲਿਆ ਮੈਂ ਕਿਹਾ ਅਸੀਂ ਕਿੰਨਾ ਲੈ ਲਿਆ ਯਾਰ ਕਹਿੰਦਾ ਤੂੰ ਕਿੰਨਾ ਲੈ ਲਿਆ ਮੈਂ ਤਾਂ ਮੈਂ ਇੰਨਾ ਕਿ ਲੈ ਲਿਆ ਯਾਰ ਮੈਂ ਇਹ ਕਹਿੰਦਾ ਯਾਰ ਅੱਜ ਕੀ ਐ ਕਰ ਲਾਂਗੇ ਜੋ ਘਰ ਕੋ ਠੀਕ ਕਰ ਲਾਂਗੇ ਆ ਦੇਖ ਲੋਣ ਘਰ ਠ ਕਿੰਨੀ ਠੇਕੇ ਤੇ ਪਹਿਲੀ ਤੁਸੀਂ ਲਈ ਸੀ ਮੈਂ ਤਾਂ ਇਹ ਦੋ ਕੁ ਲਈ ਲਈ ਸੀਗੀ ਹੂੰ ਤੇ ਇਹਨੇ ਮੁੰਡੇ ਨੇ ਬਦ ਲਈ ਹੋਈ ਸੀਗੀ ਹੂੰ ਉਹ ਤਾਂ ਫਿਰ ਸਾਰਾ ਗਿਆ ਠੇਕੇ ਦਾ ਸਾਰੇ ਗਿਆ ਜੀ ਸਾਰੇ ਪਿੰਡ ਦੇ ਗਿਆ ਜੀ ਹੁਣ ਤਾਂ ਸਾਰੇ ਪਿੰਡ ਦੇ ਗਿਆ ਮਨੂੰ ਨਰਮਾ ਸਾਰਾ ਟੋਟਲ ਸਾਡਾ ਸਾਰੇ ਗਿਆ ਜਿੰਨਾ ਸਾਡੇ ਜਿੱਧਰ ਮਰਜੀ ਗੇੜਾ ਮਾਰਾ ਇੱਥੇ ਮਾਰ ਲਓ ਇੱਥੇ ਮਾਰ ਲਓ ਜੀ ਕੋਈ ਵੀ ਨਰਮਾ ਹੈ ਨਹੀਂ ਗਾ ਵੀ ਚੰਗਾ ਗਾ ਬਸ ਖੜਾ ਦਿਸਦਾ ਕੱਲਾ ਖੜਾ ਜਦਾ ਸ਼ੀਸ਼ਾ ਬਣਾਈ ਸ਼ੀਸ਼ਾ ਨਹੀਂ ਦਾ ਆਪਣਾ ਕੋ ਸ਼ੀਸ਼ਾ ਬਣਾਇਆ ਪਿਆ ਆਪਣੇ ਕੋਲ ਵੀ ਨਰਮਾ ਦਿਸਦਾ ਨਰਮਾ ਗੇਰੀ ਭਾਗੀ ਦੇ ਵਿੱਚ ਫਲਾਣੇ ਥਾਂ ਤੇ ਨਰਮਾ ਪਰ ਹੈ ਕੁਝ ਨਹੀਂ ਦੇ ਵਿੱਚ ਤਾਂ ਬਾਲਾ ਭਾਰੀ ਜੀ ਦਾ ਕੋਸ਼ਿਸ਼ ਵੀ ਨਹੀਂ ਦੱਸਦਾ ਤਾਂ ਭਾਰੀ ਆਪਾਂ ਜਦੋਂ ਟਿੰਡਾ ਤੋੜਦੇ ਆਂ ਤਾਂ ਟਿੰਡਾ ਕੋਈ ਵੀ ਤੋੜ ਲਈ ਜਿੱਕ ਤਾਂ ਕਹਿੰਦੇ ਟਿੰਡਾ ਥੱਲੇ ਤੋੜ ਤਾਂ ਕੋਈ ਵੀ ਨਹੀਂ ਸਬੂਤ ਸਾਡੇ ਟਿੰਡਾ ਜੀ ਤਾਂ ਬਾਈ ਵਰਗੇ ਦੱਸਦੇ ਕਿ ਤਾਂ ਮਹਿੰਗੀ ਸਪਰੇ ਕੋਈ ਛੱਡੀ ਹੋਈ ਨਹੀਂ ਕਰੀ ਪੂਰੀ ਜੀ ਵਧੀਆ ਆ ਮੈਂ ਮੁੰਡਾ ਦੋਨੇ ਵਗ ਜਾਂਦੇ ਅਸੀਂ ਆ ਖੇਰ ਚੱਲ ਸਪਰੇ ਆ ਜਾ ਲੈ ਕੇ ਗਏ ਕੋਈ ਕਹਿੰਦਾ ਸਮਿਟ ਲੈ ਲਓ ਮੈਨੂੰ ਕੋਈ ਕਹਿੰਦਾ ਨੋਵਾ ਲੈ ਜੋ ਮੈਂ ਚੱਲ ਨੋਵਾ ਕਰ ਲਿਆ ਕਹਿੰਦਾ ਮੈਂ ਸਮਿਟ ਕਰ ਦਿੰਨਾ ਨਾ ਸਮਿਟ ਨੇ ਕਰਿਆ ਨਾ ਨੋਵਾ ਨੇ ਕੁਛ ਕਰਾ ਨਾ ਕਰਾ ਉਹਨਾਂ ਨੇ ਕਰਿਆ ਕਿਸੇ ਨੇ ਕੁਛ ਵੀ ਨਹੀਂ ਕਰਿਆ ਜੀ ਬਸ ਬਾਈ ਵਾਲੇ ਆਉਂਦੇ ਕਹਿੰਦੇ ਸਾਡੀ ਨੋਵਾ ਸਾਡਾ ਦਾ ਨਿਆਂ ਨਹੀਂ ਲੂਟਉਂਦਾ ਪਹਿਲਾਂ ਰੁਪਈਆ ਲੈ ਕੇ ਕਹਿੰਦਾ ਬਾਅਦ ਚ ਦੇ ਵੀ ਜਾਂ ਤਾਨੂੰ ਅਸੀਂ ਆਖਿਆ ਵੀ ਸ਼ਰਤ ਰੱਖ ਕੋਈ ਅਸੀਂ ਛੜਕਦੇ ਨੇ ਆ ਦੋ ਗੁਣਾ ਰੁਪਈਏ ਦੇਵਾਂਗੇ ਤੂ ਬਾਦ ਸਾਡੇ ਨਾਲ ਅੱਧਾ ਘੰਟਾ ਜਿਹੜਾ ਕਰੀ ਜਿਓਨੇ ਜਿਹੜੇ ਬੰਦੇ ਨੇ ਛੜਕੀ ਉਹ ਕਹਿੰਦਾ ਇੱਕ ਪਰਸੈਂਟ ਵੀ ਨਹੀਂ ਦੇ ਤੇ ਆਹ ਬੋਰਡ ਜੇ ਲਾਉਣ ਵਾਲੇ ਵੀ ਆ ਜਾਂਦੇ ਕੱਢਣੇ ਬਈ ਬਥੇਰੇ ਆਉਂਦੇ ਆ ਬਥੇਰੇ ਹਾਂ ਕੱਲੇ ਬੋਰਡ ਹੀ ਰਹਿ ਜਾਂਦੇ ਪੱਲੇ ਕੋਸ ਨਹੀਂ ਤਾਂ ਮਗਰੋਂ ਆਉਂਦੇ ਨੇ ਜੀ ਹੁਣ ਪਹਿਲਾਂ ਹੁਣ ਕੋਲੇ ਖੜੇ ਤੇ ਆਉਣ ਤਾਂ ਬੋਰਡ ਵਾਲੇ ਅਗਲਾ ਕਹਿਦੇ ਵੀ ਤੂੰ ਐ ਕਿਵੇਂ ਆਇਆਗਾ ਉਹ ਤਾਂ ਮਗਰੋਂ ਆਉਂਦੇ ਮਗਰੋਂ ਲੱਭ ਜਾਂਦੇ ਤੇ ਮਗਰੋਂ ਜੋ ਪਤਾ ਲੱਗਦਾ ਨਰਮੇ ਜਿ ਕੁਝ ਨਹੀਂ ਪਟਕ ਰਹੇ ਥੋੜੇ ਸਾਹਮਣੇ ਦੇ ਲੋ ਕਿੱਥੇ ਦੀਨ ਇੱਕ ਅੱਧਾ ਦੇ ਦਿੰਦਾ ਹੋਊਗਾ ਬੋਰਡ ਕਿਸੇ ਨੂੰ ਇੱਕ ਉਹ ਬਸ ਇੱਕੋ ਵੀ ਆਏ ਨਹੀਂ ਕਿਤੇ ਪਟਕੇ ਨਹੀਂ ਲੈ ਕੇ ਗਏ ਨਹੀਂ ਉਹ ਵੀ ਪਟਕੇ ਲੈ ਜਾਂਦੇ ਜੀ ਹੁਣ ਜਿੱਦਾਂ ਮੈਂ ਗੱਲ ਕੀਤੀ ਮੈਨੂੰ ਬੀਆ ਵਾਲਿਆਂ ਨੂੰ ਕੋਈ ਪਤਾ ਵੀ ਸਾਡਾ ਵੀ ਹੈ ਸਾਡੇ ਆਗੇ ਉੱਥੇ ਟਾਵਰ ਸਗੋਰਡ ਆ ਕਹਿੰਦੇ ਤੇ ਬੀ 76 ਤੇ 73 ਸੀਗਾ ਜੀ ਅੱਛਾ ਮਲਾਵਟਾ ਮਤਲਬ ਬੀਜ ਵੀ ਬੀ ਦਾ ਇਹਨਾਂ ਨੂੰ ਐਂ ਨਹੀਂ ਪਤਾ ਵੀ ਸਾਡਾ ਵੀ ਕਿਹੜਾ ਅੱਛਾ ਜੀ ਬਸ ਆ ਕੇ ਦੇਖ ਕੇ ਲਾ ਆ ਕੇ ਬੋਰਡ ਲਾ ਜਾਂਦੇ ਆ ਜੀ ਹਾਂ ਮੇਰੇ 76 ਜਿਹੜਾ ਨਰਮਾ ਦੇਖ ਕੇ ਲਾ ਜਾਂਦੇ ਹੋਣਗੇ ਚੰਗਾ ਪਰ ਜਿਹੜਾ ਐਂ ਲੱਗਦਾ ਵੀ ਭਾਰੀ ਨਰਮਾ ਉਹਦੇ ਚ ਲਾ ਜਾਂਦੇ ਆ ਮੇਰੇ 76 ਹਾਂ 53 ਹਾਂ 650 ਤੇ 673 773 ਉਹ ਸੀਗਾ ਤੇ ਟੋਰਸ 골ਡ ਵਾਲਿਆਂ ਨੇ ਲੈ ਕੇ ਬੋਰਡ ਲਾਤਾ ਉਹਨਾਂ ਨੂੰ ਐਂ ਨਹੀਂ ਪਤਾ ਵੀ ਸਾਡਾ ਵੀ ਕਿਹੜਾ ਵੀ ਕਿਹੜਾ ਦਾ ਬਾਬੂ ਉਹਨਾਂ ਨੂੰ ਐਂ ਨਹੀਂ ਪਤਾ ਉਹੀ ਲੈ ਕੇ ਲੈ ਕੇ ਤੇ ਆਦੇ ਉਹ ਦੇ ਮਰੀ ਲਾਂਡ ਜੇ ਮੈਂ ਬਾਈ ਪਿੰਡ ਚ ਥੋੜੇ ਚ ਪਤਾ ਕਰਿਆ 70% ਮੱਲਾ ਨਰਮਾ ਪੂਰੇ ਹੈਗਾ ਹੈਗਾ ਜੀ ਹੈਗਾ ਤੇ 70% ਦੇ ਵਿੱਚੋਂ ਕੋਈ 0.1% ਬਚੂ ਕੇ ਸਾਰੇ ਦੱਸ ਨਹੀਂ ਬਾਈਦਾ ਜੀ ਜਿਹੜੇ ਸਾਹਮਣੇ ਇੱਕ ਉਸ ਵੀ ਨਹੀਂ ਬਾਈਦਾ ਜੀ 1% ਵੀ ਨਹੀਂ ਬਾਈਦਾ ਉੱਤੋਂ ਬਾਈ ਜੀ ਦੇਖ ਕੇ ਨਰਮਾ ਉੱਤੋਂ ਦੇ ਲੋ ਜੀ ਕਿਸੇ ਵੀ ਜਾੜੂ ਕਿਸੇ ਪਾਸੇ ਉੱਤੋਂ ਤੁਹਾਨੂੰ ਆਏ ਲੱਗੋ ਨਰਮਾ ਬਾਲਾ ਸੋਹਣਾ ਬਾਲਾ ਚੰਗਾ ਪਰ ਆਪਾਂ ਹੁਣ ਇਹ ਤੋਂ ਪਹਿਲਾਂ ਵੀ ਜਾ ਕੇ ਆਏ ਜੀ ਦੇਖ ਲਓ ਨਰਮਾ ਬਾੜਾ ਸੀ ਕਿੱਡਾ ਕੱਦ ਸੀ ਨਰਮੇ ਦਾ ਜੀ ਕਿੰਨਾ ਸੋਹਣਾ ਸੀ ਇਹ ਦੇਖੋ ਨੂੰ ਪਰ ਸਾਰਾ ਨਰਮਾ ਹੀ ਖਤਮ ਹੋਇਆ ਸਾਰੇ ਖਤਮ ਆਈ ਕਿਤੇ ਇਹ ਹੁਣ ਆ ਨਰਮਾ ਸਭ ਤੋਂ ਗੇਤਾ ਸੀਗਾ ਜੀ ਇਹ ਆ ਨਰਮਾ ਆਏ ਨਰਮਾ ਜੀ ਸਾਨੂੰ ਆਏ ਸੀ ਵੀ ਸਾਰਿਆਂ ਤੋਂ ਚੰਗਾ ਨਰਮਾ ਇਹ ਆ ਇਹ ਨਰਮਾ ਨੂੰ ਸਭ ਤੋਂ ਚੰਗਾ ਗਿਣਦੇ ਸੀ ਅਸੀਂ ਪਰ ਜਦੋਂ ਇਹ ਬਈ ਨੇ ਚੁਗਿਆ ਹੁਣ ਸਭ ਤੋਂ ਮਾੜਾ ਆ ਇਹ ਰਾਤ ਨੂੰ ਵੀ ਨਹੀਂ ਟੇਕਾ ਸਪਰੇਅ ਤੇ ਇਹ ਤਾਂ ਸ਼ਾਮ ਨੂੰ ਵੀ 7-7 ਵਜੇ ਤੱਕ ਸਪਰੇਅ ਕਰੀ ਜਾਂਦਾ ਸੀ ਸਭ ਤੋਂ ਪਹਿਲਾਂ ਵੀ ਹੂੰ ਸਭ ਤੋਂ ਪਹਿਲਾਂ ਬਈ ਵੀਜਿਆ ਸੀ ਇਹਨੂੰ ਸਾਨੂੰ ਪਹਿਲਾਂ ਵੀਜਿਆ ਸੀ ਜੀ ਸਭ ਤੋਂ ਗੇਤਾ ਸੀ ਸਾਰ ਨੂੰ ਗੇਤਾ ਜੀ ਪੂਰਾ ਤੇ ਫਿਰ ਪੱਟੀ ਵੀ ਸਭ ਤੋਂ ਪਹਿਲਾਂ ਹੀ ਜਾਂਦੀ। ਉਹੀ ਤਾਂ ਗੱਲ ਆ ਜੀ। ਹੁਣ ਮੈਂ ਕਿਹਾ ਸੀ ਕਿ ਪੰਜ ਦਿਨਾਂ ਤੱਕ ਸਪਰੇਅ ਕਰੋ। ਮੈਂ ਪੰਜ ਦਿਨਾਂ ਤੋਂ ਸਪਰੇਅ ਵੀ ਕਰਦਾ ਰਿਹਾ। ਅੱਛਾ। ਪੰਜ ਦਿਨਾਂ ਤੋਂ ਫਿਰ ਵੀ ਦੇਖ ਲਓ। ਲਗਾਤਾਰ ਤਿੰਨ ਸਪਰੇਅ ਕਰਤੀਆਂ ਪੰਜ-ਪੰਜ ਦਿਨਾਂ ਤੋਂ। 15 ਨੇ ਤਿੰਨ ਸਪਰੇਅ ਕੀਤੇ। ਅਸੀਂ ਕਿੱਥੇ ਕਿਉਂ। 15 ਨੇ ਤਿੰਨ ਸਪਰੇਅ ਕੀਤੇ। ਇਹ ਦੇਖ ਲਓ ਹੁਣ ਤੁਸੀਂ ਨਰਮਾ ਦੇਖ ਲਓ। ਹਾਂ। ਆ ਸੱਤ ਸਪਰੇਅ ਕਰਤੀਆਂ। ਪਹਿਲਾਂ ਚਾਰ ਸਪਰੇਅ ਦਾ ਤਿੰਨ ਸਪਰੇਅ ਕਰਦੇ ਸੀ ਸੱਤ-ਅੱਠ ਸਪਰੇਅ ਲੋਕ ਨਹੀਂ ਕਰਦੇ। ਸੱਤ-ਅੱਠ ਸਪਰੇਅ ਕਰਤੀਆਂ। ਹਾਂ। 11 ਕਿਲੋ ਬੜਾ ਯਾਰ ਪੀ ਸਪਰੇਅ ਕਰਤੀ ਤੇ ਫਿਰ ਹੁਣ ਦੂਜੇ ਦਾ ਵੀ ਵਾਈ ਪਟਣਾ ਹੀ ਪੈਣਾ ਸਾਰੇ ਪਟਣਾ ਹੀ ਸਾਰਾ ਹੱਲ ਕੋਈ ਨਹੀਂ ਹਾਂਜੀ 11 ਕਿਲੇ ਬਾਂਝ ਵਿੱਚ ਮੈਂ 14 15 ਮਨ ਨਰਮਾ ਚੁੱਕਿਆ ਹਰਾਈ ਮਸਾ ਮਸਾ ਕਿ ਇਸ ਮੰਗਾ ਸਰਕਾਰ ਦਾ ਸਰਕਾਰ ਤੇ ਗੱਲ ਮੰਝ ਮੰਗਾ ਜੀ ਸਾਨੂੰ ਮਾਇਆ ਦਿੱਤਾ ਜਾਵੇ ਉਧਰ ਮਜ਼ਦੂਰਾਂ ਨੂੰ ਦਿੱਤਾ ਤਾਂ ਸਾਨੂੰ ਦਿੱਤਾ ਜਾਵੇ ਕਿ ਸਾਡਾ ਖਰਚਾ ਬਹੁਤ ਹੋ ਗਿਆ ਹੁਣ ਸਾਡੇ ਕੋਲ ਕਪਾ ਲਈ ਬੀਜ ਨੂੰ ਕਣਕ ਬੀਜ ਨੂੰ ਗਾਂ ਕੋਈ ਪੈਸਾ ਹੈ ਨਹੀਂਗਾ ਹੁਣ ਗਵਰਨਮੈਂਟ ਦੇਉਗੀ ਤਾਂ ਫੇਰ ਹੀ ਕਣਕ ਬੀਜਾਂਗੇ ਸੀ ਨਹੀਂ ਆ ਬਾਨ ਵਿਹਲਾ ਪੈਦੂ ਬਾਦ ਜਿਵੇਂ ਇਹ ਤੁਸੀਂ ਦੇਖੋ ਤਸਵੀਰਾਂ ਦੇਖ ਰਹੇ ਹੋ ਜਿਵੇਂ ਮੈਂ ਗੱਲ ਕਰਾਂ ਕਿਸਾਨਾਂ ਦੀ ਤਾਂ ਇਸ ਵੇਲੇ ਬਾਈ ਚੀਕ ਨਿਕਲੀ ਪਈ ਆ ਸੱਚੀ ਯਾਰ ਖੁਦਾ ਕੇ ਇੱਥੇ ਦੇਖਦੇ ਆ ਤਾਂ ਆਪਦੀ ਵੀ ਚੀਕ ਵੱਜ ਜਾਂਦੀ ਆ ਕਿ ਜਿਵੇਂ ਬਾਈ ਹੁਰੇ ਦੱਸ ਦਿਆ ਕਿ ਪੈਲੀਆਂ ਜਿਹੜੀਆਂ ਸਾਡੇ ਕੋਲੇ ਜਿੰਨੀਆਂ ਵੀ ਹੈਗੀਆਂ ਨੇ ਪੈਲੀਆਂ ਬਹੁਤਿਆਂ ਕੋਲੇ ਠੇਕੇ ਤੇ ਹੀ ਆ ਜੇਕਰ 70% ਨਰਮੇ ਦੀ ਗੱਲ ਕਰ ਲਈਏ ਕਿ ਇਸ ਪਿੰਡ ਦੀ ਗੱਲ ਕਰ ਗਏ ਮੈਂ ਇੱਕ ਪਿੰਡ ਦੀ ਗੱਲ ਕਰਦਾ ਜੇਕਰ ਤੁਸੀਂ ਇਸ ਪਾਸੇ ਨੂੰ ਚਲੇ ਜਾਓਗੇ ਪਿੰਡ ਪਿੰਡ ਹੀ ਇਹ ਹਾਲ ਆ ਨਰਮਾ 벨ਟ ਦੀ ਗੱਲ ਕਰਾਂ ਨਰਮੇ 벨ਟ ਚ ਪੂਰੀ ਤਰ੍ਹਾਂ ਹੀ ਇਹ ਹਾਲ ਆ ਗੱਲਾਂ ਜ਼ਰੂਰ ਆਖਦੇ ਆ ਬਾਈ ਉਰੇ ਕੇ ਮਹਿਕਮੇ ਵਾਲੇ ਆਉਂਦੇ ਆ ਸਪਰੇ ਜਿਹੜੀ ਰეკਮੈਂਡ ਕੀਤੀ ਜਿਹੜੀ ਸਿਫਾਰਸ਼ ਕੀਤੀ ਸਪਰੇ ਵੀ ਉਹ ਕੀਤੀ ਆ ਪਰ ਨਤੀਜਾ ਕੀ ਨਿਕਲਿਆ ਨਤੀਜਾ ਅਖੀਰ ਨੂੰ ਨਰਮਾ ਪਟਣਾ ਪਿਆ ਜਿਹੜੀ ਸੁੰਡੀ ਇਸ ਦੇ ਵਿੱਚ ਜਿਹੜੀ ਹੈਗੀ ਟਿੰਡੇ ਦੇ ਵਿੱਚ ਬਣੀ ਆ ਉਹਨੇ ਪੂਰੇ ਦਾ ਪੂਰਾ ਟਿੰਡਾ ਖਤਮ ਕਰਤਾ ਇੱਥੇ ਇਕੱਲਾ ਕਿਸਾਨ ਨਹੀਂ ਖਤਮ ਹੋਇਆ ਕਿਸਾਨੀ ਨਹੀਂ ਖਤਮ ਹੋਈ ਨਾਲ ਮਜ਼ਦੂਰ ਵੀ ਖਤਮ ਆ ਕਿਉਂਕਿ ਜੇਕਰ ਕਿਸਾਨਾਂ ਦੀ ਆਸ ਆ ਕਿਸਾਨਾਂ ਨੇ ਬੜੀ ਆਸ ਲਾਈ ਸੀ ਇਸ ਨਰਮੇ ਤੋਂ ਇਸ ਫਸਲ ਤੋਂ ਤਾਂ ਨਾਲੇ ਨਾਲ ਮਜ਼ਦੂਰਾਂ ਨੇ ਵੀ ਬੜੀ ਆਸ ਲਾਈ ਸੀ ਤੇ ਆਸਾਂ ਜੇਕਰ ਕਿਸਾਨਾਂ ਦੀਆਂ ਮਿੱਟੀ ਨੇ ਤੇ ਮਜ਼ਦੂਰਾਂ ਦੀਆਂ ਵੀ ਮਿੱਟੀ ਨੇ ਤੇ ਝਾਕਣ ਕਿਹਦੇ ਕੰਨੀ ਹੁਣ ਦੇਖਣ ਕਿਹਦੇ ਕੰਨੀ ਝੋਲੀ ਕਿਹਨੂੰ ਢੜਨ ਝੋਲੀ ਢੜਨਗੇ ਸਰਕਾਰ ਤੱਕ ਮੈਂ ਪਹਿਲਾਂ ਵੀ ਕਿਹਾ ਸੀ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਮੈਂ ਆਮ ਲੋਕਾਂ ਦਾ ਮੁੱਖ ਮੰਤਰੀ ਆ ਪਰ ਮੁੱਖ ਮੰਤਰੀ ਸਾਹਿਬ ਤੁਹਾਨੂੰ ਆਮ ਲੋਕਾਂ ਦੀ ਅੱਜ ਗੱਲ ਤੁਹਾਡੇ ਤੱਕ ਪਹੁੰਚਾਈ ਆ ਕਿ ਸ਼ਾਇਦ ਤੁਹਾਡੇ ਤੱਕ ਇਹ ਗੱਲ ਪਹੁੰਚੀ ਨਾ ਹੋਵੇ ਤੁਹਾਡੇ ਅਫਸਰਾਂ ਨੇ ਨਾ ਪਹੁੰਚਾਈ ਹੋਵੇ ਇਹ ਰਿਪੋਰਟ ਤੁਹਾਡੇ ਤੱਕ ਨਾ ਪਹੁੰਚੀ ਹੋਵੇ ਪਰ ਅਸੀਂ ਇਹ ਰਿਪੋਰਟ ਤੁਹਾਡੇ ਤੱਕ ਪਹੁੰਚਾਈ ਆ ਤੇ ਹੁਣ ਦੇਖਦੇ ਆ ਕਿ ਨਾ ਆਮ ਲੋਕਾਂ ਦੀ ਗੱਲ ਕਿੰਨੀ ਕੁ ਸੁਣੀ ਜਾਂਦੀ ਆ ਬਾਈ ਹੋਰੇ ਕਹਿੰਦੇ ਕਿ ਅਸੀਂ ਉੱਪਰਲਾ ਖਰਚਾ ਝੱਲਣ ਨੂੰ ਤਿਆਰ ਆ ਉਹ ਕਿਸਾਨ ਉੱਪਰਲਾ ਖਰਚਾ ਵੀ ਝੱਲਣ ਨੂੰ ਤਿਆਰ ਆ ਜਿਹਨੂੰ ਪਤਾ ਮੈਨੂੰ ਅੱਗੇ ਕੁਝ ਨਹੀਂ ਦਿੰਦਾ ਯਾਰ ਮੇਰੇ ਪੱਲੇ ਕੁਝ ਨਹੀਂ ਪਿਆ ਉਹ ਕਹਿੰਦੇ ਅਸੀਂ ਜਿਹੜੀ 50 50000 ਨੂੰ 40 40000 ਨੂੰ 60 60000 ਨੂੰ ਜਿਹੜੀ ਠੇਕੇ ਤੇ ਪੈਲੀ ਲਈ ਆ ਸਾਡਾ ਕੱਲਾ ਠੇਕਾ ਹੀ ਮੁੜ ਜੇ ਸਾਡਾ ਇੰਨਾ ਹੀ ਬਹੁਤ ਆ ਸੋ ਮੈਂ ਜਿਹੜੀ ਆ ਤੁਹਾਨੂੰ ਵੀ ਅਪੀਲ ਕਰੂੰਗਾ ਕਿ ਇਸ ਰਿਪੋਰਟ ਨੂੰ ਅੱਗੇ ਤੋਂ ਅੱਗੇ ਸਾਂਝੀ ਅੱਗੇ ਤੱਕ ਜਿਹੜੀ ਆ ਪਹੁੰਚਦੀ ਜ਼ਰੂਰ ਕਰਿਓ ਇਹਨਾਂ ਕਿਸਾਨਾਂ ਦੀ ਗੱਲ ਨੂੰ ਪਹੁੰਚਦੀ ਜ਼ਰੂਰ ਕਰਿਓ ਕਿਉਂਕਿ ਜੇਕਰ ਕਿਸਾਨਾਂ ਦੇ ਪੱਲੇ ਆਪਾਂ ਜਿੱਦਾਂ ਬਾਈਹੁਰੇ ਦੱਸ ਰਹੇ ਸੀ ਕਿ ਤੂੜੀ ਪੈਂਦੀ ਆ ਕਿਸਾਨਾਂ ਦੇ ਪੱਲੇ ਛਟਾਂ ਹੀ ਪੈਂਦੀਆਂ ਨੇ ਪਰਾਇ ਤੱਕੀ ਦਾ ਸ਼ਾਇਦ ਉਹ ਵੀ ਪੱਲਣੀਆਂ ਤੇ ਕਿਤਾ ਜਿਹੜਾ ਪੈਸੇ ਲਏ ਸੀ ਉਹ ਵੀ ਆਪਦੇ ਸਿਰ ਤੇ ਆ ਜਿਹੜੀਆਂ ਹਜੇ ਲਿਮਟਾਂ ਦੇ ਪੈਸੇ ਹਜੇ ਜਿਹੜੇ ਹੈਗੇ ਆ ਮੂੜਨੇ ਲਿਮਟਾਂ ਚੱਕਣੀਆਂ ਸੀ ਪੈਸੇ ਮੂੜਨੇ ਸੀ ਪਤਾ ਨਹੀਂ ਕੀ ਕੁਛ ਤੇ ਜਿਹੜਾ ਹੈਗਾ ਲੋਨ ਹੁੰਦਾ ਆ ਕਿਸੇ ਨੇ ਘਰ ਦੀ ਗੱਲ ਕਰਦਿਆ ਕਿ ਭਾਈ ਘਰ ਪਾਉਣਾ ਸੀ ਕਿਸੇ ਨੇ ਭੈਣ ਦਾ ਵਿਆਹ ਕਰਨਾ ਸੀ ਕਿਸੇ ਨੇ ਧੀ ਦਾ ਵਿਆਹ ਕਰਨਾ ਸੀ ਕਿਸੇ ਨੇ ਹੋਰ ਬੜਾ ਕੁਛ ਕਰਨਾ ਸੀ ਪਰ ਉਹ ਸਾਰਾ ਕੁਝ ਪੱਲੇ ਆ ਇੱਕ ਕਿੱਲੇ ਮਗਰ 70000 ਦਾ ਜਿਹੜਾ ਘਾਟ ਆ ਤਾਂ ਜਿਨ੍ਹਾਂ ਨੇ 10-10 ਕਿਲੇ ਲੈ ਲਿਆ 12-12 ਕਿਲੇ ਲੈ ਲਏ ਉਹਨਾਂ ਦਾ ਹਾਲ ਕੀ ਹੋਊਗਾ ਗਰਾਊਂਡ ਜ਼ੀਰੋ ਤੋਂ ਰਿਪੋਰਟ ਤੁਹਾਡੇ ਨਾਲ ਸਾਂਝੀ ਕਰੀ ਗਿਆ ਤੇ ਰਿਪੋਰਟ ਇਹ ਅੱਗੇ ਵੀ ਤੁਹਾਡੇ ਨਾਲ ਜਿਹੜੀ ਆ ਸਾਂਝੀ ਕਰਦੇ ਰਹਾਂਗੇ ਉਸ ਤੋਂ ਉਹਨਾਂ ਟਾਈਮ ਤੁਸੀਂ ਦੇਖਦੇ ਰਹੋ ਆਰਐਮਬੀ ਟੈਲੀਵਿਜ਼ਨ ਆਪਣੇ ਦੋਸਤ ਜਸ ਕਰੇਵਾਂਦੇ ਹੋ ਆਜਾਤ ਧੰਨਵਾਦ ਜੀ